श्री नानक अंगद गुरु अमरदास पद बंद रामदास अर्जन गुरु वाशी हर गोबिंद हर राय हर कृष्ण गुरु तेग बहादुर चंद दसवें गोबिंद सिंह गुरु नमो चरने अरविंद इसमें अमृत ज्ञान साहेब उदत वंदम करि अनुराग श्री गुरु शब्द कमाए दिन जीते पंच विकार दिन संतन को वंदना चिर चरणन परतार एक अंकार सतगुरु ते प्रसाद सच होए वाहे गुरु जी की फतेह विनाशन सोई वाहे गुरु जी की फतेह विघ्न विनाशन सोई सतनाम श्री वाहे गुरु जी पंडित मन में अस विचारे किम परतावा लिहो मन तारी पंडित मन की श्री गुरु जाने सुनन कथा नित उद्दम ठाने पंडित मन में ऐस विचारी वाहे गुरु जी का खालसा वाहे गुरु जी की फतेह पदद पावन भगत वत्सल कृपा निदान जुग जुग अकाल जवर शतर तख्त दे मालक तन तन सतगुरु श्री गुरु ग्रंथ साहिब महाराज जी परम पवित्र सत संगत हजूरी दे अंदर नवे पातशाह धर्म रखक शहीद सतगुरु परिपकारी शब्द धारी श्री गुरु तेग बहादुर साहिब महाराज जी दे महान पावन पवित्र भजन बंदगी तप स्थान गुरुद्वारा श्री भोरा साहिब जी पातशाही नवें विखे सतगुरु महाराज जी दे गुरु तख्त दी तख्त दरबारां दे अंदर पिछले पैर दे समय दे सजे हुए दीवाना च हाजरियां पा रहे दर्शन दारे करके लाह प्राप्त कर रहे गुरु प्यारी खालसा सत संगत जी पातशाह की कृपा दे नाल आपां नूं इह संगत दीआं घड़ियां प्राप्त होईआं ने। अज दा जो पावन पवित्र दिहाड़ा है जो शहीदी दी मर्यादा पहले पातशाह ने रंभ कीती जो धर्म वास्ते गुरु तेग बहादुर साहिब महाराज ने शहादत दिती उह सिखां दी भावना बड़ी ते श्री मिशल शहीदां तरना दल दे दूजे जथेदार सिंह साहिब बाबा गुरबख्श सिंह जी तिन्हां ने सचखंड श्री हरिमंदर साहिब दी पवित्रता नूं कायम रखण दे वास्ते गुरु रामदास साहिब के दर के सामने गुरु हरगोबिंद साहिब के चरणों च अकाल तख्त साहिब के सामुख वैरियां के नाल जूझदिया होया शहादत प्राप्त की। बाबा गुरबख्श सिंह जी के माता पिता गुरु महाराज के सेवक सन लीर नगर से ते भाई दसौंधा सिंह माई लक्ष्मी आनंदपुर साहिब कलगी दर पातशाह को सेवा करते सेवा दे खुश होके दसवें पातशाह ने वर बख्शिया तुहाडे घरे सूरबीर योधा पुत्र पैदा होएगा। 1688 दे विच आनंदपुर साहिब बाबा गुरबख्श सिंह जी का जन्म होया। गुरु गोबिंद सिंह साहिब जी के हजूर रह के बालपण का समा बीतिया
ਜਦੋਂ ਪੜ੍ਹਨ ਯੋਗ ਹੋਏ ਤੇ ਭਾਈ ਮਨੀ ਸਿੰਘ ਜੀ ਸ਼ਹੀਦ ਦੇ ਪਾਸੋਂ ਵਿਦਿਆ ਪੜ੍ਹੀ, 11 ਸਾਲ ਦੇ ਹੋਏ ਤਾਂ ਖੰਡੇ ਬਾਟੇ ਦਾ ਅੰਮ੍ਰਿਤ ਮਹਾਰਾਜ ਨੇ ਛਕਾਇਆ। ਗੁਰਮਤਿ ਦੀ ਵਿਦਿਆ ਪੜ੍ਹੇ, ਗੁਰਬਾਣੀ ਲਿਖਣ ਦੀ ਕੋਸ਼ਿਸ਼ਾਂ ਦੀ ਸੇਵਾ ਕਰਦੇ ਹਨ, ਬੜੀ ਸੋਹਣੀ ਲਿਖਾਈ ਬਾਣੀ ਪੜ੍ਹਦੇ ਆ, ਨੀਲਾ ਬਾਣਾ ਪਹਿਨਦੇ, ਕਮਰ ਕੱਸਾ ਸ਼ਸਤਰ ਸਜਾ ਕੇ ਰੱਖਦੇ, ਸੀਰ ਤੇ ਫਰਲਾ ਚੱਕਰ ਸਜਾ ਕੇ ਰੱਖਦੇ, ਹੱਥ ਦੇ ਮੋਟਾ ਸਰਬਲੋਏ ਦਾ ਸਿਮਰਨਾ, ਤੇ ਉਹ ਸਰਬਲੋਏ ਦੇ ਸਿਮਰਨ ਦੇ ਨਾਲ ਜਾਪ ਕਰਦੇ ਹਨ। ਅਮਰਤ ਵੇਲੇ ਤੜਕੇ ਉੱਠ ਕੇ ਸਮਾਧੀ ਦੇ ਵਿੱਚ ਸਥਿਤ ਹੋ ਜਾਂਦੇ ਆ। ਕਥਾ ਕੀਰਤਨ ਦਾ ਅਭਿਆਸ ਵੀ ਹੋਇਆ। ਜਦੋਂ ਦਸਮ ਪਾਤਸ਼ਾਹ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਛੱਡ ਕੇ ਚੱਲੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਸਥਾਨ ਤੇ ਗੁਰਬਖਸ਼ ਸਾਧੂ ਨੂੰ ਉਦਾਸੀ ਨੂੰ ਕਿਹਾ ਸੀ ਵੀ ਤੂੰ ਸੇਵਾ ਕਰਨੀ ਝਾੜੂ ਭਾੜੂ ਦੀ ਇੱਥੇ, ਤੇ ਨਾਲ ਭਾਈ ਗੁਰਬਖਸ਼ ਸਿੰਘ ਜੀ ਨੂੰ, ਬਾਬਾ ਗੁਰਬਖਸ਼ ਸਿੰਘ ਜੀ ਨੂੰ ਮਹਾਰਾਜ ਦਸਵੇਂ ਪਾਤਸ਼ਾਹ ਨੇ ਕਿਹਾ ਤੁਸੀਂ ਵੀ ਇੱਥੇ ਰਹੋ, ਇੱਥੇ ਰਹਿ ਕੇ ਤਖ਼ਤ ਕਿਸ਼ਰੀ ਕੇਸਗੜ੍ਹ ਸਾਹਿਬ ਦੀ ਮਰਿਆਦਾ ਤੁਸੀਂ ਨਿਭਾਉਣੀ ਹੈ। ਮਹਾਰਾਜ ਦੀ ਆਗਿਆ ਦੇ ਨਾਲ ਬਾਬਾ ਗੁਰਬਖਸ਼ ਸਿੰਘ ਜੀ ਵੀ ਉੱਥੇ ਰਹੇ। ਮਹਾਰਾਜ ਜੀ ਚਲੇ ਗਏ ਜਦੋਂ ਇੱਥੋਂ, ਸਤਿਗੁਰੂ ਦੀ ਆਗਿਆ ਦੇ ਨਾਲ ਸੇਵਾ ਕਰਦੇ ਰਹੇ, ਆਸਾ ਜੀ ਵਾਰ ਦਾ ਕੀਰਤਨ ਕਰਨਾ, ਮਹਾਰਾਜ ਦੇ ਬਾਣੀ ਦਾ ਨੇਮ ਨਿਭਾਉਣਾ। ਫਿਰ ਗੁਰੂ ਦੀ ਆਗਿਆ ਦੇ ਨਾਲ ਦਮਦਮੇ ਸਾਹਿਬ ਹਾਜ਼ਰੀ ਭਰੇ, ਗੁਰਬਾਣੀ ਦੇ ਅਰਥ, ਗੁਰਬਾਣੀ ਦਾ ਬਹੁਤ ਸਾਰਾ ਮਹਾਰਾਜ ਦੇ ਕੋਲ ਕੀਤਾ। ਹਜ਼ੂਰ ਸਾਹਿਬ ਨੂੰ ਵੀ ਨਾਲ ਗਏ, ਉੱਥੇ ਰਹਿ ਕੇ ਵੀ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਅਰਥ ਪੜ੍ਹੇ, ਸਰਬਲੋ ਗ੍ਰੰਥ ਪੜ੍ਹਿਆ। ਸਰਬ ਗੁਰੂ ਗ੍ਰੰਥ ਦਾ ਬਾਬਾ ਗੁਰਬਖਸ਼ ਸਿੰਘ ਜੀ ਨੇ ਕੁਲੱਥਾ ਕੀਤਾ, ਜਿਹਦਾ ਸਰੂਪ ਅਨੰਦਪੁਰ ਸਾਹਿਬ ਹੁਣ ਵੀ ਸ਼ਹੀਦੀ ਬਾਗ ਵਿਖੇ ਸੁਭਾਏਮਾਨ ਹੈ। ਮਹਾਰਾਜ ਦਸਵੇਂ ਪਾਤਸ਼ਾਹ ਦੇ ਸੱਚਖੰਡ ਜਾਣ ਤੋਂ ਬਾਅਦ ਫਿਰ ਅਨੰਦਪੁਰ ਸਾਹਿਬ ਵੀ ਆ ਕੇ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਸੇਵਾ ਕਰਦੇ ਰਹੇ। ਜਦੋਂ ਫਿਰ ਬਾਬਾ ਦੀਪ ਸਿੰਘ ਸਾਹਿਬ ਜੀ ਨੇ 18 ਸ਼ੇਰ ਦਾ ਖੰਡਾ ਖੜਕਾਇਆ, ਇਹ ਸੁਣ ਕੇ ਵੀ ਵੈਰੀਆਂ ਨੇ ਸੱਚਖੰਡ ਹਰਿਮੰਦਰ ਸਾਹਿਬ ਦੀ ਬੇਪਤੀ ਕੀਤੀ ਹੈ, ਤੇ ਬਾਬਾ ਦੀਪ ਸਿੰਘ ਸਾਹਿਬ ਦਮਦਮਾ ਸਾਹਿਬ ਤੋਂ ਚੱਲਦਿਆਂ ਵੈਰੀਆਂ ਦੇ ਆਹੂ ਲਾਉਂਦਿਆਂ ਲੱਥੇ ਸਿਰ ਤੋਂ ਵੀ ਅੰਮ੍ਰਿਤਸਰ ਸਾਹਿਬ ਪਹੁੰਚੇ, ਤੇ ਇਹਨਾਂ ਦੇ ਆਉਣ ਦੀ ਜਿਹੜੀ ਖਬਰ ਸੀ ਉਧਰੋਂ ਅਨੰਦਪੁਰ ਮਿਲ ਕਰਕੇ ਬਾਬਾ ਗੁਰਬਖਸ਼ ਸਿੰਘ ਜੀ ਵੀ ਆ ਗਏ ਸਨ ਵੀ ਅਸੀਂ ਵੀ ਜਾ ਕੇ ਇਸ ਧਰਮ ਯੁੱਧ ਦੇ ਸ਼ਾਮਿਲ ਹੋਈਏ। ਤੇ ਉਹ ਪਹੁੰਚੇ, ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹਾਦਤ ਪ੍ਰਾਪਤ ਕਰ ਚੁੱਕੇ ਸਨ ਤੇ ਉਹਨਾਂ ਨੇ ਸ਼ਹਾਦਤ ਦਾ ਸਤਿਕਾਰ ਵੈਰੀਆਂ ਨੂੰ ਉੱਥੋਂ ਭਜਾ ਦਿੱਤਾ ਸੀ, ਭੱਜ ਗਏ ਸੀ ਸਾਰੇ ਡਰ ਕੇ। ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸੁੰਦਰ ਸੀਰ ਦੇ ਦਰਸ਼ਨ ਕੀਤੇ ਤੇ ਬਾਬਾ ਗੁਰਬਖਸ਼ ਸਿੰਘ ਜੀ ਵੈਰਾਗ ਵਿੱਚ ਆ ਗਏ, ਬੜਾ ਪ੍ਰੇਮ ਸਤਿਕਾਰ ਕੀਤਾ ਤੇ ਮਰਿਆਦਾ ਹੈ ਦਲਾਂ ਪੰਥਾਂ ਦੀ, ਪੁਰਾਤਨ ਜਥੇਬੰਦੀਆਂ ਦੀ, ਜਦੋਂ ਪਹਿਲਾ ਜਥੇਦਾਰ ਚੜ੍ਹਾਈ ਕਰੇ ਤੇ ਉਹਦੇ ਸੰਸਕਾਰ ਤੋਂ ਪਹਿਲਾਂ ਦੂਜਾ ਜਥੇਦਾਰ ਉਹ ਤੋਂ ਅਗਲੇਰਾ ਥਾਪਦੇ ਆ ਫਿਰ ਸੰਸਕਾਰ ਕਰਦੇ ਆ, ਮਰਿਆਦਾ ਏਦਾਂ ਹੀ ਤੁਰੇ ਆਉਂਦੀ। ਤੇ ਬਾਬਾ ਦੀਪ ਸਿੰਘ ਸਾਹਿਬ ਮਿਸ਼ਨ ਸ਼ਹੀਦਾਂ ਤਰਨਾਦਰ ਦੇ ਜਥੇਦਾਰ ਸਨ ਪਹਿਲੇ, ਉਹਨਾਂ ਦੀ ਸ਼ਹਾਦਤ ਤੋਂ ਬਾਅਦ ਫਿਰ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਨੂੰ ਦੂਜੇ ਜਥੇਦਾਰ ਥਾਪਿਆ ਗਿਆ ਤੇ ਫਿਰ ਜਿੱਥੇ ਸ਼ੀਸ਼ਗੰਜ ਸ਼ਹੀਦਗੰਜ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਅੰਮ੍ਰਿਤਸਰ ਸਾਹਿਬ ਸੰਸਕਾਰ ਹੋਇਆ ਪਾਵਨ ਸਰੂਪ ਦਾ, ਉਹ ਸੇਵਾ ਬਾਬਾ ਗੁਰਬਖਸ਼ ਸਿੰਘ ਜੀ ਨੇ ਨਿਭਾਈ। ਉਪਰੰਤ ਅਕਾਲ ਤਖ਼ਤ ਸਾਹਿਬ ਦੇ ਬਿਰਾਜਮਾਨ ਰਹਿ ਕੇ ਮਹਾਰਾਜ ਦੇ ਦਰਸ਼ਨ ਦਾਰੇ ਕਰਦੇ ਰਹੇ। ਕੁਝ ਕੁ ਸਮਾਂ ਲੰਘਿਆ ਤੇ ਵੈਰੀ ਜਿਹੜਾ ਭੱਜਿਆ ਸੀ ਫਿਰ ਮੁੜ ਕੇ ਆਇਆ ਵੀ ਹੁਣ ਫਿਰ ਆਪਾਂ ਬਦਲਾ ਲੈਣਾ, ਫਿਰ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਨੀ। ਤੇ ਉਸ ਵੇਲੇ ਬਾਬਾ ਗੁਰਬਖਸ਼ ਸਿੰਘ ਜੀ ਅਕਾਲ ਤਖ਼ਤ ਸਾਹਿਬ ਬਿਰਾਜਮਾਨ ਸਨ। ਜਦੋਂ ਵੈਰੀ ਦੇ ਆਉਣ ਦਾ ਪਤਾ ਲੱਗਾ, ਘੋੜੀਆਂ ਬਾਣੀ ਦਾ ਪਾਠ ਕਰਾਇਆ ਵੀ ਜਿਵੇਂ ਕਿਸੇ ਦਾ ਵਿਆਹ ਹੋਵੇ, ਜੰਜ ਚੜ੍ਹਨਾ ਨਾ ਲਾੜੇ ਦੇ, ਤੇ ਜੇ ਲਾੜੇ ਦੀ ਤਿਆਰੀ ਕਰਾਈ ਜਾਂਦੀ ਹੈ ਤਾਂ ਸਾਰੀ ਤਿਆਰੀ ਬਾਬਾ ਗੁਰਬਖਸ਼ ਸਿੰਘ ਜੀ ਨੇ ਕਰਵਾਈ। ਸੇਰਾ ਵੀ ਕਹਿੰਦੇ ਸਜਾਇਆ, ਸੋਹਣੇ ਵਸਤਰ ਪਾਏ, ਸ਼ਸਤਰ ਸਜਾਏ, ਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਗੁਰੂ ਰਾਮਦਾਸ ਜੀ ਦੇ ਸਨਮੁਖ ਅਰਦਾਸਾ ਸੁਣਦੇ ਆ ਵੀ ਪਾਤਸ਼ਾਹ ਨੂੰ ਦੁਸ਼ਟਾਂ ਨੂੰ ਇੱਥੋਂ ਕੱਢ ਦਈਏ। ਅਰਦਾਸਾਂ ਕਰਕੇ ਸ਼ਹੀਦੀ ਗਾਨਾ ਬੰਨ ਕੇ ਲਾੜੀ ਮੌਤ ਨੂੰ ਵਿਆਹੁਣ ਦੇ ਵਾਸਤੇ ਬਾਬਾ ਗੁਰਬਖਸ਼ ਸਿੰਘ ਸਾਹਿਬ ਆਪਣੇ ਨਾਲ ਦੇ ਜਥੇ ਦੇ ਸਮੇਤ
अकाल तख्त साहब के सन्मुख हरिमंदर साहब के सामने आ के चौकीकर वैरी आ गए सी। इथे फिर जूझे जंग होया सा घमसान का युद्ध किया भी जेडे अखीर तुरकड़े आए सी ना मुसले चढ़ के ਇਹ ਕਹਿ ਕੇ ਵੀ ਬਾਬਾ ਜੀ ਮੁੜ ਕੇ ਅਸੀਂ ਇੱਧਰ ਨੂੰ ਮੂੰਹ ਨਹੀਂ ਕਰਦੇ ਵੈਰੀਆਂ ਕੋਲੋਂ ਪੱਕਾ ਇਕਰਾਰ ਕਰਾ ਕੇ ਤੇ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਨੇ ਸ਼ਹਾਦਤ ਪ੍ਰਾਪਤ ਕੀਤੀ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਪਵਿੱਤਰਤਾ ਨੂੰ ਬਹਾਲ ਰੱਖਦਿਆਂ ਹੋਇਆ ਮਹਾਰਾਜ ਦੇ ਅਸਥਾਨ ਨੂੰ ਆਪਣੇ ਲਹੂ ਦੇ ਨਾਲ ਧੋ ਦਿੱਤਾ। ਇਹ ਬਚਨ ਕਮਾਏ ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾਡੈ ਖੇਤ ਜੋ ਤੋ ਪ੍ਰੇਮ ਖੇਲਣ ਕਾ ਚਾਹੋ ਸਿਰ ਧਰ ਤਰੀ ਗਰੀ ਮੇਰੀ ਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਹਾਂ ਨਾ ਕੀਜੈ ਧਨ ਜੀਉ ਤੇ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਜੁਧ ਵਿਚਾਰੈ ਦੇ ਅਨਿਤ ਨਾ ਨਿਤ ਰਹੈ ਜਸ ਨਾਮ ਚੜ੍ਹੈ ਪਉ ਸਾਗਰ ਤਾਰੈ ਧੀਰਜ ਧਾਮ ਬਨਾਏ ਹੈ ਤਨ ਬੁੱਧ ਸਿਵ ਦੀਪਕ ਜਿਉ ਲਿਆਰੈ ਗਿਆਨੈ ਕੀ ਵੱਡਨੀ ਮਨੁ ਹਾਥਲੇ ਕਾਤਲ ਤਕ ਦੁਆਰ ਬਹਾਰੇ ਇਹਦਾ ਧਰਮ ਜੁਧ ਕਰਦਿਆਂ ਹੋਇਆ ਧਰਮ ਦੇ ਵਾਸਤੇ ਬਾਬਾ ਗੁਰਬਖਸ਼ ਸਿੰਘ ਸਾਹਿਬ ਦੇ ਨਾਲ ਹੋਰ ਕਿੰਨੇ ਹੀ ਮਿਸ਼ਨ ਸ਼ਹੀਦਾਂ ਤਰਨਾ ਦੰਦੇ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ ਸਮੂਹ ਸ਼ਹੀਦਾਂ ਸਿੰਘਾਂ ਨੂੰ ਨਮਸਕਾਰ ਹੈ। ਜਦੋਂ ਆਪਾਂ ਜਾਂਦੇ ਹਾਂ ਸੱਚਖੰਡ ਤੇ ਕੋਠਾ ਸਾਹਿਬ ਵਾਲੇ ਪਾਸੇ ਤੋਂ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਰਸ਼ਨ ਕਰੀਏ ਜਾਂ ਜਦੋਂ ਮੁੜਨ ਲੱਗੀਦਾ ਉਦੋਂ ਸਾਹਮਣੇ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਦਾ ਉਹ ਬੁੰਗਾ ਬਣਿਆ ਹੋਇਆ ਜਿੱਥੇ ਉਹਨਾਂ ਦੇ ਪਾਵਨ ਸਰੀਰ ਦਾ ਸੰਸਕਾਰ ਕੀਤਾ ਮਹਾਰਾਜ ਸਾਹਿਬ ਦੀ ਆਗਿਆ ਦੇ ਨਾਲ ਧਰੋਂ ਹੁਕਮ ਦੇ ਨਾਲ ਤੇ ਮਹਾਰਾਜ ਦੇ ਅਸਥਾਨ ਦੇ ਲਾਗੇ ਹੀ ਉਹਨਾਂ ਦਾ ਪਾਵਨ ਸ਼ਹੀਦ ਗੰਗ ਸੁਭਾਏ ਮਾਨ ਹੈ। ਐਸੇ ਬਾਬਾ ਗੁਰਬਖਸ਼ ਸਿੰਘ ਸਾਹਿਬ ਦੇ ਨਾਲ ਦੇ ਯੋਧੇ ਬਹਾਦਰ ਸੂਰਬੀਰ ਜਿਨ੍ਹਾਂ ਦੇ ਅੰਦਰ ਪੰਥ ਪ੍ਰਸਤੀ ਹੈ ਜਿਨ੍ਹਾਂ ਦੇ ਮਨ ਦੇ ਗੁਰੂ ਦਾ ਪ੍ਰੇਮ ਹੈ ਗੁਰੂ ਵਾਸਤੇ ਆਪਾਂ ਕੁਰਬਾਨ ਕਰਨ ਦੀ ਭਾਵਨਾ ਹੈ ਮਰਮ ਮਨਸਾ ਸੂਰਿਆ ਹੱਕ ਹੈ ਜੋ ਹੋਏ ਮਰਮ ਪ੍ਰਵਾਨੋ ਐਸੀ ਭਾਵਨਾ ਲੈ ਕੇ ਸੂਰਮੇ ਸ਼ਹਾਦਤਾਂ ਪਾਉਂਦੇ ਨੇ ਉਹਨਾਂ ਸੂਰਮਿਆਂ ਨੇ ਪੰਥ ਪ੍ਰਸਤੀ ਵਾਸਤੇ ਸ਼ਹਾਦਤਾਂ ਪਾਈਆਂ ਤੇ ਨਮਸਕਾਰ ਹੈ ਕਿਉਂਕਿ ਸ਼ਹੀਦਾਂ ਕਰਕੇ ਖਾਲਸੇ ਦਾ ਵਿਲੱਖਣ ਇਤਿਹਾਸ ਹੈ ਦੁਨੀਆਂ ਦੇ ਨਕਸ਼ੇ ਤੇ ਵੱਖਰਾ ਹੀ ਸਾਡਾ ਪ੍ਰਸੰਗ ਹੈ ਇਹ ਸਾਡੇ ਵੱਡਿਆਂ ਕਰਕੇ ਹੈ ਉਹਨਾਂ ਦਾ ਸਦਕਾ ਹੀ ਅਸੀਂ ਅੱਜ ਆਨੰਦ ਮਾਣਦੇ ਹਾਂ ਜਿਹਨਾਂ ਯੋਧੇ ਆਪਣਾ ਲਹੂ ਬਹਾਇਆ ਲਗਭਗ 2.5 ਲੱਖ ਦੇ ਕਰੀਬ ਸਿੰਘਾਂ ਨੇ ਆਪਣਾ ਲਹੂ ਬਹਾਇਆ ਸਮੁੱਚੇ ਸਮੇਂ ਦੇ ਵਿੱਚ ਤੇ ਫਿਰ ਇਹ ਗੁਰੂ ਕਾ ਪੰਥ ਜਿਹੜਾ ਹੈ ਇਹ ਗੁਰੂ ਮਹਾਰਾਜ ਦਾ ਸਿੱਖ ਧਰਮ ਦੁਨੀਆਂ ਦੇ ਨਕਸ਼ੇ ਤੇ ਕਾਇਮ ਪ੍ਰਗਟ ਹੋਇਆ ਇੰਨੀਆਂ ਸ਼ਹਾਦਤਾਂ ਇੰਨੇ ਸਿਰ ਲੱਗੇ ਹਨ। ਆਓ ਚੱਲ ਰਹੀ ਲੜੀਵਾਰ ਕਥਾ ਦੇ ਜਹਾਜ਼ੇ ਭਰੀਏ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਦੀ ਪਵਿੱਤਰ ਕਥਾ ਆਪਾਂ ਸੁਣ ਸੁਣਾ ਰਹੇ ਹਾਂ ਜਿਸ ਦੇ ਵਿੱਚ ਆਪ ਜੀ ਨੇ ਕੱਲ ਸਰਵਣ ਕੀਤਾ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਨੇ ਗੁਰਬਾਣੀ ਗੁਰਮੁਖੀ ਦੀ ਵਿਦਿਆ ਪੜ੍ਹਾਈ ਤੇ ਨਾਲ ਹੀ ਵਾਰ ਵੀ ਬਖਸ਼ਤੇ ਵੀ ਮਹਾਰਾਜ ਤੁਹਾਨੂੰ ਸ਼ਸਤਰ ਵਿਦਿਆ ਸਭ ਤਰ੍ਹਾਂ ਦੀ ਸੁਤੇ ਹੀ ਆਵੇਗੀ ਘੋੜ ਸਵਾਰੀ ਲਗਭਗ 52 ਤਰ੍ਹਾਂ ਦੀ ਵਿਦਿਆ ਦਾ ਵਾਰ ਬਾਬਾ ਬੁੱਢਾ ਸਾਹਿਬ ਨੇ ਬਖਸ਼ਿਆ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਤੇ ਇੱਥੇ ਰਹਿੰਦਿਆਂ ਹੀ ਇੱਕ ਗੁਰਸਿੱਖ ਪੈੜਾ ਮੋਖਾ ਉਹਦੀ ਕਲਿਆਣ ਕਿਵੇਂ ਹੋਈ ਉਹ ਸਾਖੀ ਆਰੰਭ ਹੋਈ ਤੇ ਉਹ ਬਹਾਨਾ ਕਿਵੇਂ ਬਣਿਆ ਉਹਦੀ ਕਲਿਆਣ ਦਾ ਵੀ ਇੱਕ ਪੰਡਿਤ ਆਇਆ ਕਾਂਸ਼ੀ ਦਾ ਜੋ ਮਹਾਰਾਜ ਦੇ ਦਰਬਾਰ ਵਿੱਚ ਕਥਾ ਸੁਣਾਉਣ ਦੀ ਇੱਛਾ ਲੈ ਕੇ ਆਇਆ ਵੀ ਮੈਂ ਕਥਾ ਸੁਣਾਵਾਂ ਤੇ ਮੁਕਤੀ ਲਵਾਂ। ਮਹਾਰਾਜ ਨੇ ਇਹਨੂੰ ਇਹਦੀ ਇੱਛਾ ਪੂਰੀ ਕਰਨ ਲਈ ਕਥਾ ਸ਼ੁਰੂ ਕਰਾ ਤੇ ਇਹ ਕਥਾ ਕਰਿਆ ਕਰੇ ਉਪਨਿਸ਼ਦਾਂ ਦੇ ਤੇ ਮਹਾਰਾਜ ਸਾਹਿਬ ਸੁਣਦੇ ਸਨ ਵੀ ਸਿਧਾਂਤ ਕੀ ਕਹਿੰਦਾ ਹੈ ਸਨਾਤਨੀਆਂ ਦਾ ਫਿਰ ਆਪਣੀ ਗੁਰਮਤ ਦਾ ਵੀ ਉਪਦੇਸ਼ ਦਿੰਦੇ ਸਨ ਮਹਾਰਾਜ। ਉਦੋਂ ਹੀ ਭਾਈ ਸਾਧੋ ਜੀ ਮਹਾਰਾਜ ਦੇ ਉਹਨਾਂ ਨੂੰ ਭਗਤ ਮਹਾਨ ਗੁਰਸਿੱਖ ਆਏ ਨਮਸਕਾਰ ਕੀਤੀ ਸਤਿਗੁਰਾਂ ਨੂੰ ਕਥਾ ਦੀ ਸੰਪੂਰਨਤਾ ਹੋਈ ਤੇ ਮਹਾਰਾਜ ਕਹਿੰਦੇ ਭਾਈ ਸਾਧੋ ਸਾਡਾ ਬੜਾ ਹੀ ਪਿਆਰਾ ਹੈ ਸਾਡਾ ਅਨੰਤ ਭਗਤ ਅਨੰਤ ਸਿੱਖ ਹੈ
जो इंदा महाराज ने मुखों कहा सुन के जो पंडित है गुरु साहब के कोलों ये मन च आया भी कसा दे मैं भी करदा मैनू महाराज ने कभी अनंत भगत नहीं कहा जे भाई साहब अनंत भगत कहते हैं इतों का ही आप सरवण किया तो अनंत भगत क्यों कहते अपने सिखा महाराज ये भी इस पंडित को सारा कौतुक करके पंजवें पातशाह विखा रहे ने आओ शहीदां दे सरताज शहीदी की जड़ लाने वाले धन धन सतगुरु अर्जन देव महाराज साहब जी के चरण कमलों का ध्यान धर के पावन प्रसंग सरवण करिए रसना करो पवित्र लवाओ हरे आखो सतनाम श्री वाहे गुरु साहिब जी सतनाम श्री वाहे गुरु साहिब जी गाओ भई पंडित मन में ऐस बिचारी धन गुरु अर्जन देव महाराज साहब ने जो भाई साधो जी को यह कहा भी आओ साडे अनंत भगत प्यारे भाई साधो जी जिन्हों का मेरा आप कल भी सरवण किया एक तो यह भी कौतुक होया भी जो ये भाई साधो जी होका देते मेरे से ना भी गुरु घर सुखियां पाथियां चढ़ाओ तो पांच पाथियां चढ़ाने वाले पांच पुत्र ही बख्श देंगे तो उस वेले एक परिवार भी सी उत्थे जिन्हां नूं किसी योगी ने कहा सी भी तुहाडे घर च पुत्र नहीं हो सकता जो मर्जी कर लो ते जदों उन्हां सुनिया ते भी भाई गुरसिख है भाई साधो करनी वाला है ते योगी ने ते मना कीता चलो आपां पाथियां सुखियां चढ़ा दिंदे आ कि बड़ा कृपा हो जाए ते भाई साधो जी दे सन्मुख आ के पंज पाथियां सुखियां हाजर कीतियां भी सानू पंज पुत्रां दी दात बख्शो भाई साधो ने कहा गुरु अर्जन देव साहिब गुरु नानक देव जी दे खजाने च की कमी है कहिंदे तुसीं पंज जी होर वी मंग लैंदे ओह वी मिल जांदे कहिंदे हो जाणगे ते इह वचन कीता ते साधुआं दे वचन अटल हुंदे ने समां पा के उहनां दे घर दे जदों बच्चे होए गुरु साहब जी कला वर्ती दे कहिंदे जोगी उधर नूं आया ਉਹ ਜਦੋਂ ਜੋਗੀ ਆਇਆ ਤਾਂ ਉਹਨੇ ਵੇਖਿਆ ਹੈ ਇਹਨਾਂ ਦੇ ਘਰ 'ਚ ਨਿਆਣੇ ਖੇਡ ਰਹੇ ਕਿੱਦਾਂ ਪੁੱਛੀ ਗੱਲ ਕਹਿੰਦੇ ਵੀ ਤੁਹਾਡੇ ਕੋਲੇ ਨਿਆਣੇ ਕਿਵੇਂ ਤੁਹਾਡੇ ਦੇ ਕਰਮਾਂ 'ਚ ਹੀ ਨਹੀਂ ਸੀ ਕਹਿੰਦੇ ਗੁਰੂ ਅਰਜਨ ਸਾਹਿਬ ਜੀ ਰਹਿੰਦੇ ਨੇ ਉਹਨਾਂ ਦੇ ਸਿੱਖ ਨੇ ਭਾਈ ਸਾਲੋ ਜੀ ਉਹਨਾਂ ਨੇ ਵਜਨ ਕੀਤਾ ਸੀ ਸੁੱਕੀਆਂ ਪਾਥੀਆਂ ਚੜ੍ਹਾਓ ਮਹਾਰਾਜ ਦੇ ਘਰੋਂ ਤੁਹਾਨੂੰ ਪੁੱਤਰ ਲੈ ਕੇ ਦੇਣਾ ਪੰਜ ਚੜ੍ਹਾਈਆਂ ਸੀ ਕਹਿੰਦੇ ਪੰਜ ਹੋ ਗਏ ਨੇ ਤੇ ਜਦੋਂ ਜੋਗੀ ਨੇ ਸੁਣਿਆ ਉਹਦੇ ਮਨ ਚ ਸ਼ਰਧਾ ਜਾਗੀ ਐਸੇ ਸਤਿਗੁਰੂ ਦੇ ਸਿੱਖ ਫਿਰ ਦਰਸ਼ਨਾਂ ਨੂੰ ਆਇਆ ਮਹਾਰਾਜ ਦੇ ਭਾਈ ਸਾਲੋ ਜੀ ਦੇ ਵੀ ਦਰਸ਼ਨ ਕੀਤੇ ਸੋ ਇਸ ਤਰ੍ਹਾਂ ਭਾਈ ਸਾਲੋ ਜੀ ਦੇ ਟੋਬੇ ਤੇ ਅੱਜ ਵੀ ਅਨੇਕਾਂ ਹੀ ਭਾਵਨਾ ਵਾਲੀਆਂ ਸੰਗਤਾਂ ਆ ਕੇ ਅਰਦਾਸਾਂ ਕਰਦੀਆਂ ਇਸ਼ਨਾਨ ਕਰਦੀਆਂ ਬੇਨਤੀ ਕਰਦੀਆਂ ਬਾਣੀ ਪੜ੍ਹਦੀਆਂ ਤੇ ਮਹਾਰਾਜ ਦੀ ਕਲਾ ਅੱਜ ਵੀ ਵਰਤਦੀ ਹੈ ਜਿਹੜਾ ਭਰੋਸਾ ਰੱਖੇ ਕਿਉਂਕਿ ਸ਼ਰਧਾਵਾਨ ਲੱਭ ਤੇ ਗਿਆਨ ਜਿਹੜਾ ਸ਼ਰਧਾਵਾਨ ਹੈ ਗਿਆਨ ਵੀ ਤਾਂ ਉਹਨੂੰ ਮਿਲਦਾ ਹੈ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਦੇ ਦਰਬਾਰ ਦੇ ਬਖਸ਼ਿਸ਼ਾਂ ਦੇ ਭੰਡਾਰ ਹਨ ਜਦੋਂ ਮਹਾਰਾਜ ਨੇ ਕਿਹਾ ਉਹ ਸਾਡੇ ਅਨੰਤ ਭਗਤ ਭਾਈ ਸਾਲੋ ਸੁਣ ਕੇ ਪੰਡਿਤ ਜਿਹੜਾ ਹੈ ਆਪਣੇ ਮਨ ਦੇ ਜਿੱਦਾਂ ਸੋਚਣ ਲੱਗ ਪਿਆ ਸੁਣ ਅਨੰਤ ਭਗਤ ਗੁਰ ਦੇ ਪੰਡਿਤ ਪੰਡਿਤ ਨੇ ਜਦੋਂ ਇਹ ਸੁਣਿਆ ਵੀ ਇਹ ਸਾਡਾ ਅਨੰਤ ਭਗਤ ਹੈ ਪਰਾਇਣ ਸਾਡੇ ਹੀ ਆਸਰੇ ਰਹਿੰਦਾ ਹੈ ਇਹ ਮਹਾਰਾਜ ਨੇ ਕਦੀ ਕਿਹਾ ਹੀ ਨੀ ਵੀ ਇਹ ਸਾਡੇ ਵੇਦਾਂ ਦੇ ਸਿਧਾਂਤ ਦੀ ਕਥਾ ਸਾਨੂੰ ਸੁਣਾਉਂਦਾ ਹੈ ਕਿਦਾਂ ਪਤਾ ਲੱਗੇ ਵੀ ਇਹ ਕੀ ਕਾਰਨ ਹੈ ਵੀ ਮੈਨੂੰ ਕਿਉਂ ਨੀ ਮਹਾਰਾਜ ਅਨੰਤ ਭਗਤ ਕਹਿੰਦੇ
ਅਨਲ ਭਗਤ ਤੋਂ ਪਾਵਨ ਸਿੱਖ ਵੀ ਜਿਹੜਾ ਮਹਾਰਾਜ ਦੇ ਆਸਰੇ ਰਹਿੰਦਾ ਕਿਸੇ ਹੋਰ ਦਾ ਆਸਰਾ ਨਹੀਂ ਮੰਨਦਾ। ਪੰਡਿਤ ਮਨ ਕੀ ਸ੍ਰੀ ਗੁਰੂ ਜਾਣੈ, ਪੰਡਿਤ ਦੇ ਮਨ ਦੀ ਗੁਰੂ ਅਰਜਨ ਦੇਵ ਸਾਹਿਬ ਜੀ ਜਾਣਗੇ। ਗੁਰਾਂ ਕੋ ਕਿਹੜਾ ਭਜਨ ਗੁਪਤ ਰੱਖ ਸਕਦੇ ਹੈ। ਜੇ ਮਹਾਰਾਜ ਸਾਹਿਬ ਜੀ ਦੇ ਪਾਸ ਇੱਕ ਦਸਵੇਂ ਪਾਤਸ਼ਾਹ ਕੋ ਸਿੱਖ ਸੀ, ਉਹਦਾ ਨਾਮ ਵਿਸਰਿਆ, ਉਹਦੇ ਮਨ ਕੋਈ ਫੁਰਨਾ ਆਇਆ ਤੇ ਮਹਾਰਾਜ ਸਾਹਿਬ ਨੇ ਕਿਹਾ ਸਿੱਖਾ ਏਦਾਂ ਦੇ ਫੁਰਨੇ ਕਿਉਂ ਲਿਆਉਣਾ। ਕਹਿੰਦਾ ਮਹਾਰਾਜ ਅਸੀਂ ਤੇ ਤੁਹਾਡੇ ਕੋਲ ਨਹੀਂ ਰਹਿਣਾ, ਤੁਸੀਂ ਦੇ ਮਨ ਦੀਆਂ ਵੀ ਜਾਣ ਲੈਂਦੇ ਹੋ ਵੀ ਸਾਡੇ ਮਨ 'ਚ ਤਾਂ ਕੋਈ ਕਦੀ ਜਿਹੜਾ ਮਾੜਾ ਖਿਆਲ ਵੀ ਆ ਜਾਂਦਾ, ਤੁਹਾਡੇ ਲਾਗੇ ਖਲੋਤੇ ਹੋਈਏ ਤੇ ਅਸੀਂ ਤੇ ਆਗਿਆ ਕਦੇ ਦੂਰ ਹੀ ਚੱਲੇ ਹਾਂ। ਤੇ ਮਹਾਰਾਜ ਕਹਿੰਦੇ ਜੇ ਦੂਰ ਵੀ ਚਲੇ ਜਾਏਗਾ ਤੇ ਫਿਰ ਕਿਹੜਾ ਤੇਰੇ ਮਨ ਦਾ ਕੋਈ ਵਿਚਾਰ ਕੋਈ ਫੁਰਨਾ ਜਿਹੜਾ ਰੁਕ ਜਾਊਗਾ, ਫਿਰ ਵੀ ਤਾਂ ਸਾਨੂੰ ਪਤਾ ਹੀ ਲੱਗੇਗਾ ਨਾ, ਸਾਡੇ ਕੋਲ ਰਹੇਗਾ ਤੇ ਭਾਵੇਂ ਦੂਰ ਰਹੇਗਾ ਤੇਰੇ ਮਨ 'ਚ ਜੋ ਆ ਉਹ ਅਸੀਂ ਜਾਣਦੇ ਹੀ ਹਾਂ। ਇੱਦਾਂ ਮਹਾਰਾਜ ਮਨ ਦੀ ਜਾਣਦੇ, ਭਾਵੇਂ ਅਸੀਂ ਗੁਰੂ ਸਾਹਿਬ ਦੇ ਲਾਗੇ ਬਹਿ ਕੇ ਕੋਈ ਫੁਰਨਾ ਕਰ ਲੈਂਦੇ ਹਾਂ ਨਾ, ਉਸੇ ਦੇ ਪਾਤਸ਼ਾਹ ਨੂੰ ਸਾਰਾ ਕੁਝ ਪਤਾ। ਪੰਡਿਤ ਨੇ ਜੋ ਫੁਰਨਾ ਕੀਤਾ ਤੇ ਮਹਾਰਾਜ ਜੀ ਜਾਣ ਗਏ ਪੰਜਵੇਂ ਪਾਤਸ਼ਾਹ। ਸੁਣਨ ਕਥਾ ਨਿਤ ਉਦਮ ਠਾਨੈ, ਮਹਾਰਾਜ ਜਿਹਦੀ ਕਥਾ ਸੁਣਦਾ ਉਦਮ ਕਰਦੇ ਆ, ਕਥਾ ਦੇ ਵਿੱਚ ਨਾਗਾ ਨਹੀਂ ਪਾਉਂਦੇ। ਬੁੱਧੀ ਸੰਦੀਪ ਜੋ ਅਖਿਲ ਸੁਣਾਈ, ਜਿਹੜੀ ਕੋਲ ਪੋਥੀ ਸੀ ਨਾ ਪੰਡਿਤ ਦੇ ਉਹ ਸਾਰੀ ਪੋਥੀ ਸੰਪੂਰਨ ਹੋ ਗਏ। ਗੁਰ ਪੂਜਿਓ ਆਗੇ ਸਮਝਾਈ, ਤੇ ਗੁਰੂ ਸਾਹਿਬ ਜੀ ਨੇ ਪੁੱਛਿਆ ਪੰਡਿਤ ਜੀ ਇਹ ਤੋਂ ਅੱਗੇ ਜਿਹੜੀ ਕਥਾ ਉਹ ਵੀ ਹੁਣ ਸੁਣਾਵੋ। ਉਪਨਿਸ਼ਦਾਂ ਨੇ ਜੋ ਗਿਆਨ ਦੀ ਕਥਾ ਤੁਸੀਂ ਕਹਿ ਰਹੇ ਸਾਨੂੰ ਹੁਣ ਸਾਰੀ ਸੁਣਾਉਣਾ ਕਰੋ। ਪੁਸਤਕ ਇਸ ਥਾਂ ਪੰਡਿਤ ਕਹਿਣ ਲੱਗਾ ਮਹਾਰਾਜ ਆਓ ਵੀ ਅਗਲੀ ਪੋਥੀ ਇਸ ਥਾਂ ਤੇ ਨਹੀਂ ਹੈਗੀ, ਇਹ ਗੱਲ ਢੁਕਵੀਂ ਆਈ। ਇਹੋ ਕਾਰਨ ਸਾਧ ਸੰਗਤ ਡੇਢ ਕੁ ਮਹੀਨੇ ਬਾਅਦ ਪੋਥੀ ਸਾਹਿਬ ਬਦਲਣੀ ਪੈਂਦੀ ਸੀ, ਤਾਂ ਹੀ ਉਹ ਸਾਰੀਆਂ ਪੋਥੀਆਂ ਨੂੰ ਇੱਕ ਥਾਂ ਇਕੱਠਿਆ ਕੀਤਾ ਵੀ ਜੋ ਤਿੰਨ ਤਿੰਨ ਚਾਰ ਜਾਂ ਪੰਜ ਪੰਜ ਮਹੀਨੇ ਸੰਪੂਰਨ ਨਹੀਂ ਹੁੰਦੇ। ਇਹੀ ਕਾਰਨ ਹੈ ਇੱਥੇ ਵੀ ਹੁਣ ਵੇਖੋ ਕੌਤਕ ਆ ਗਿਆ। ਮਹਾਰਾਜ ਕਹਿੰਦੇ ਕਥਾ ਹੋਰ ਸੁਣਾ ਦੇ। ਬਾਹਮਣ ਕਹਿੰਦਾ ਮਹਾਰਾਜ ਪੋਥੀ ਹੈ ਨੀ, ਕਿਉਂਕਿ ਪੋਥੀ ਤੋਂ ਬਗੈਰ ਕਿਵੇਂ ਕਥਾ ਕੇ ਚੱਲੇ। ਹਮਾਰੇ ਸਭ ਲਿਖਵਾਈ, ਮਹਾਰਾਜ ਮੇਰੇ ਘਰ ਵਿੱਚ ਹੈ, ਮੈਂ ਸਾਰੀਆਂ ਉਪਨਿਸ਼ਦਾਂ ਲਿਖਵਾ ਕੇ ਰੱਖੀਆਂ, ਉੱਥੇ ਮੇਰੇ ਕੋਲ ਹੈਗੀਆਂ ਹਨ। ਸਾਰੀਆਂ ਇਕੱਠੀਆਂ ਕਰ ਲਾ, ਫੇਰ ਜੋ ਉਪਨਿਸ਼ਦਾਂ ਨੇ ਜੋ ਵੀ ਤੇਰੇ ਕੋਲ ਗਿਆਨ ਹੈ ਉਹ ਸਾਰਾ ਹੀ ਆਪਣਾ ਸਾਨੂੰ ਸੁਣਾ ਦੇ। ਫੇਰ ਲੱਭਦੇ ਫਿਰਾਂਗੇ ਇਕੱਠੀਆਂ ਹੀ ਕਰ ਲਈਏ। ਭਲੋ ਮਹੂਰਤ ਵੇਖ ਮਨ ਭਾਵਨ, ਤੇ ਫੇਰ ਮਹੂਰਤ ਵੇਖਿਆ ਵੀ ਹੁਣ ਕਿਹੜੇ ਮਹੂਰਤ ਦੇ ਵਿੱਚ ਭੇਜੀਏ ਕੋਈ ਚੰਗਾ ਮਨ ਪਾਉਂਦਾ ਸ਼ੁਭ ਮਹੂਰਤ, ਜਿਹੜਾ ਪੰਡਿਤ ਨੂੰ ਆਪਣੀ ਵਿਦਿਆ ਅਨੁਸਾਰ ਲੱਗਦਾ ਸੀ ਮਹੂਰਤ ਸੋਧਿਆ ਦੇ ਚੰਗਾ ਦਿਨ ਲੱਭਿਆ। ਪੂਜਾ ਕਰ ਗਣੇਸ਼ ਕੀ ਬਾਚੇ, ਜੋ ਵੇਖਿਆ ਨਾ ਵੀ ਫਲਾਨਾ ਮਹੂਰਤ ਫਲਾਨਾ ਦੇ ਠੀਕ ਹੈ, ਇਹ ਮਨ ਦੀ ਭਾਵਨਾ ਕੀਤੀ। ਹੁਣ ਉਹ ਦਿਨ ਆ ਗਿਆ ਜਦੋਂ ਦਿਨ ਆਇਆ ਤੇ ਪੁੱਤਰ ਨੂੰ ਪੋਥੀ ਲੈਣ ਭੇਜਣ ਲੱਗਾ, ਤੇ ਫਿਰ ਪਹਿਲਾਂ ਗਣੇਸ਼ ਦੀ ਪੂਜਾ ਕੀਤੀ, ਕਿਉਂਕਿ ਕੋਈ ਵੀ ਕਾਰਜ ਕਰਨਾ ਹੋਵੇ ਤਾਂ ਹਿੰਦੂ ਮਤ ਦੇ ਵਿੱਚ ਪਹਿਲਾਂ ਗਣੇਸ਼ ਨੂੰ ਪੂਜਦੇ ਹਨ, ਜੇ ਵਿਆਹ ਹੋਵੇ ਤੇ ਤਾਂ ਵੀ ਉਹਨਾਂ ਨੇ ਪਹਿਲਾਂ ਲਿਖਿਆ ਹੁੰਦਾ ਹੈ ਪ੍ਰਥਮ ਨਿਮੰਤਰਣ ਆਪ ਕੋ ਕੋਰੀ ਪੁੱਤਰ ਗਣੇਸ਼, ਸਭ ਤੋਂ ਪਹਿਲਾਂ ਲਿਖਿਆ ਹੁੰਦਾ ਵੀ ਸਭ ਤੋਂ ਪਹਿਲਾਂ ਨਿੰਦਾ ਇਹ ਗਣੇਸ਼ ਜੀ ਤੁਹਾਨੂੰ ਹੈ, ਉਹ ਤੋਂ ਬਾਅਦ ਫਿਰ ਸਾਰਿਆਂ ਨੂੰ ਵਿਆਹ ਨੂੰ ਸੱਦਾ ਦਿੰਦੇ। ਉਹ ਕਾਰਡ ਤੇ ਹੀ ਏਦਾਂ ਲਿਖਦੇ ਨੇ ਪ੍ਰਥਮ ਨਿਮੰਤਰਣ ਆਪ ਕੋ ਗੌਰੀ ਪੁੱਤਰ ਗਣੇਸ਼, ਪਾਰਵਤੀ ਦੇ ਪੁੱਤਰ ਗੌਰੀ ਦੇ। ਸੋ ਇਸ ਤਰ੍ਹਾਂ ਗਣੇਸ਼ ਦੀ ਪੂਜਾ ਕੀਤੀ, ਸਭ ਤੋਂ ਪਹਿਲਾਂ ਤੁਰਨ ਲੱਗੇ ਨਾ, ਸਭ ਵਿਧੀ ਕਰਕੇ ਜੋ ਵੀ ਢੰਗ ਤਰੀਕਾ ਵਿਦਵਾਨ ਨੂੰ ਬ੍ਰਾਹਮਣ ਆਉਂਦਾ ਸੀ ਉਹ ਸਾਰਾ ਕੁਝ ਕੀਤਾ, ਤੇ ਪੋਥੀ ਲੈਣ ਵਾਸਤੇ ਪੁੱਤਰ ਨੂੰ ਭੇਜਣ ਲੱਗਾ ਤੇ ਨਾਲ ਤੋਰਨ ਵਾਸਤੇ ਅੱਗੇ ਹੋਇਆ। ਅਰਜਨ ਦੇਵ ਮਹਾਰਾਜ ਦੇ ਕੋਲ ਆ ਕੇ ਵੀ ਮਹਾਰਾਜ ਹੁਣ ਆਗਿਆ ਦਿਓ, ਅੱਜ ਦਾ ਦਿਨ ਬੜਾ ਸ਼ੁਭ ਮਹੂਰਤ ਬੜਾ ਚੰਗਾ ਹੈ ਤੇ ਗਣੇਸ਼ ਜੀ ਵੀ ਮਨਾ ਰਹੇ ਨੇ ਮੈਂ, ਤੇ ਮੈਨੂੰ ਰਾਹ ਦੇ ਵਿੱਚ ਕੋਈ ਵਰਤਣ ਵਾਸਤੇ ਖਰਚ ਦੇ ਦਿਓ।
ਜੋ ਬਿਪਰ ਸੁਤ ਲੈਪੇ ਗ੍ਰੰਥ। ਇਹ ਤਾਂ ਬ੍ਰਾਹਮਣ ਦਾ ਪੁੱਤਰ ਜਾਂ ਬਿਪਰ ਸੁਤ ਇਹ ਵੀ ਕਹਿੰਦੇ ਆ ਵੀ ਬ੍ਰਾਹਮਣ ਤੇ ਉਹਦਾ ਪੁੱਤਰ ਦੋਵੇਂ ਗ੍ਰੰਥ ਲੈਣ ਵਾਸਤੇ ਚੱਲ ਪਏ। ਹਰ ਸਨ ਮੁਖੋਏ ਦਾਏ ਬਾਏ ਜੋ ਬਾਹਰ ਨਿਕਲਿਆ ਨਾ ਥੋੜਾ ਜਿਹਾ ਤੇ ਸਾਹਮਣੇ ਕਹਿੰਦੇ ਵੀ ਇੱਕ ਗਧਾ ਮਿਲਿਆ ਤੇ ਉਹ ਸੱਜੇ ਪਾਸੇ ਤੋਂ ਖੱਬੇ ਪਾਸੇ ਨੂੰ ਹੋ ਗਿਆ ਤੇ ਰਾਹ ਦੇ ਅੱਗੇ ਆਉਂਦੇ ਸ਼ਬਦ ਕਰਿਓ ਅਪਸ਼ਗਨ ਦਿਖਾਏ ਤੇ ਪਹਿਲਾਂ ਦੇ ਸੱਜੇ ਪਾਸੇ ਖੱਬੇ ਨੂੰ ਗਧਾ ਹੋਇਆ ਇਹਨੇ ਵੇਖਿਆ ਤੇ ਫਿਰ ਜਿੱਦਾਂ ਗਧਾ ਝੀੜੇ ਗਧਾ ਹੁੰਦਾ ਉਹਨੇ ਆਪਣੀ ਆਵਾਜ਼ ਕੀਤੀ ਜਦੋਂ ਇਹ ਵੇਖਿਆ ਤੇ ਇਹ ਪੰਡਿਤ ਜੀ ਜਾਂ ਇਹਨਾਂ ਦੇ ਪੁੱਤਰ ਦੇ ਮਨ ਚ ਆਇਆ ਇਹ ਤਾਂ ਬੜਾ ਅਪਸ਼ਗਨ ਹੋ ਗਿਆ ਵੀ ਹੁਣ ਗਧਾ ਹਿਣਕ ਪਿਆ ਗਧੇ ਨੇ ਆਵਾਜ਼ਾਂ ਕਰਦਾ ਨਾਲੇ ਅੱਗੋਂ ਦੀ ਰਾਹ ਕੱਟ ਗਿਆ ਹੈ। ਹਟ ਆਇਓ ਤਬ ਸ਼੍ਰੀ ਗੁਰ ਸੁਣਿਓ ਵਾਪਸ ਮੁੜ ਆਇਆ ਕਹਿੰਦੇ ਨਹੀਂ ਵੀ ਅੱਜ ਦਾ ਤੇ ਫਿਰ ਅਪਸ਼ਗਨ ਹੋ ਗਿਆ ਹੁਣ ਨੀ ਇਹ ਠੀਕ ਰਸਤੇ ਤੇ ਜਾਣ ਵਾਸਤੇ ਮਹਾਰਾਜ ਪਏ ਪਾਤਸ਼ਾਹ ਨੂੰ ਪਤਾ ਲੱਗਾ ਕਿਉਂਕਿ ਸਤਿਗੁਰੂ ਵੀ ਕੌਤ ਕਰਾ ਰਹੇ ਸੀ ਇਹਨੂੰ ਦੱਸਣਾ ਸੀ ਵੀ ਇਹਨਾਂ ਨੂੰ ਭਗਤ ਕਿਉਂ ਇਹ ਸਾਡੇ ਸਿੱਖ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੂੰ ਪਤਾ ਲੱਗਾ ਵੀ ਬ੍ਰਾਹਮਣ ਜੋ ਪੋਥੀ ਮੰਗਾਉਣ ਵਾਸਤੇ ਪੁੱਤਰ ਨੂੰ ਭੇਜ ਰਿਹਾ ਸੀ ਉਹਦੇ ਵਾਪਸ ਆ ਗਿਆ ਇਹ ਪੰਜਵੇਂ ਪਾਤਸ਼ਾਹ ਨੂੰ ਜਦੋਂ ਕਿਸੇ ਸਿੱਖ ਨੇ ਦੱਸਿਆ ਆਪਣੇ ਆਪ ਨੂੰ ਅਨਨ ਭਗਤ ਕਹਾਉਣਾ ਚਾਹੁੰਦਾ ਹੈ ਨਾ ਵੀ ਮੈਂ ਬੜਾ ਅਨਨ ਹਾਂ ਖੰਡਤ ਪਰ ਕਹਿੰਦੇ ਵੀ ਇੱਕ ਖੋਤੇ ਦੇ ਅੱਗੇ ਇੱਧਰ ਉੱਧਰ ਹੋਣ ਤੋਂ ਵੀ ਉਹ ਜਾਨਵਰ ਹੈ ਵੀ ਉਹ ਜ਼ਿਆਦਾ ਜਾਂ ਸੱਜੇ ਜਾਊ ਜਾਂ ਖੱਬੇ ਜਾਊ ਕਿਸੇ ਪਾਸੇ ਜਾਊਗਾ ਤੇ ਗਧੇ ਨੇ ਹਿਣਕਣਾ ਹੀ ਆ ਪਰ ਕਹਿੰਦੇ ਗਧੇ ਦੀ ਆਵਾਜ਼ ਤੋਂ ਹੀ ਯਾਤਰਾ ਖੰਡਨ ਕਰਦੀ ਰੱਦ ਕਰਤਾ ਦੌਰਾ ਨਹੀਂ ਬਈ ਇਹ ਹੁਣ ਅਪਸ਼ਗਨ ਹੋ ਗਿਆ ਆਪਾਂ ਕਾਂਛੀ ਨਹੀਂ ਜਾਣਾ ਮਹਾਰਾਜ ਕਹਿੰਦੇ ਉਦਾਂ ਕਹਿੰਦਾ ਵੀ ਮੈਨੂੰ ਅਨੰਦ ਭਗਤ ਕਹਿਣ ਮਹਾਰਾਜ ਤੇ ਪਾਤਸ਼ਾਹ ਕਹਿੰਦੇ ਵੀ ਇੱਕ ਗਧੇ ਕਰਕੇ ਆਪਣੀ ਯਾਤਰਾ ਆਪਣਾ ਰਾਹ ਦਾ ਸਫਲ ਹੋ ਕੇ ਰਹਿ ਪਿਆ ਗਣਪਤ ਆਦ ਪੰਚਾਂਗ ਮਨਾਏ ਤੁਰਨ ਲੱਗਿਆ ਕਹਿੰਦੇ ਵੀ ਤੂੰ ਗਣਪਤ ਗਣੇਸ਼ ਨੂੰ ਵੀ ਮਨਾਇਆ ਤੇ ਆਪਣੇ ਪੰਜ ਅੰਗ ਲਾ ਕੇ ਸਿਰ ਲਾ ਕੇ ਹੱਥ ਲਾ ਕੇ ਗੋਡੇ ਲਾ ਕੇ ਕਹਿੰਦੇ ਮੱਠਾ ਵੀ ਟੇਕਿਆ ਗਣੇਸ਼ ਨੂੰ ਤੂੰ ਉਹਨੂੰ ਆਪਣਾ ਮੁੱਖ ਵੀ ਮੰਨਦਾ ਹੈ ਤੇਨ ਪਰਨੇਚਾ ਨਹੀਂ ਟਿਕਾਏ ਪਰ ਤੈਨੂੰ ਵੇਖ ਆਪਣੇ ਗਣੇਸ਼ ਤੇ ਭਰੋਸਾ ਹੀ ਨਹੀਂ ਵੀ ਜੇ ਤੂੰ ਗਣੇਸ਼ ਨੂੰ ਮੰਨਦਾ ਪੂਜਦਾ ਤੇ ਉਹਨੂੰ ਮਨਾ ਪੂਜ ਕੇ ਜੇ ਤੁਰ ਪਿਆ ਤੇ ਖੋਤੇ ਦੇ ਕਰਕੇ ਰਾਹ ਤੋਂ ਮੁੜ ਆਇਆ ਕੀ ਮਹਾਰਾਜ ਕਹਿੰਦੇ ਤੈਨੂੰ ਆਪਣੇ ਗਣੇਸ਼ ਤੇ ਭਰੋਸਾ ਨਹੀਂ ਆਪਣੇ ਦੇਵੀ ਦੇਵਤਿਆਂ ਦੇ ਅਨੰਦ ਭਗਤ ਹੈ ਮੇਰੇ ਇਸ ਕਰਕੇ ਬ੍ਰਾਹਮਣ ਅਸੀਂ ਆਪਣੇ ਸਿੱਖਾਂ ਨੂੰ ਅਨੰਦ ਭਗਤ ਕਹਿੰਦੇ ਸਾਡੇ ਅਨੰਦ ਭਗਤ ਨੇ ਸਾਡੇ ਪਰਾਇਣ ਸਾਡੇ ਆਸਰੇ ਸਾਡੇ ਭਰੋਸੇ ਰਹਿੰਦੇ ਹਨ ਜੇ ਨਾ ਪ੍ਰਤੀਤ ਲਿਓ ਅਬਹੇਰੇ ਜੇ ਤੈਨੂੰ ਪ੍ਰਤੀਤ ਨਹੀਂ ਆਇਆ ਤਾਂ ਹੁਣ ਵਿਖਾ ਦਿੰਦੇ ਹਾਂ ਵੀ ਕਿਉਂ ਉਹਨਾਂ ਨੂੰ ਭਗਤ ਨੇ ਕਿਉਂਕਿ ਇੱਥੇ ਭਾਈ ਸੰਤੋਖ ਸਿੰਘ ਜੀ ਨੇ ਸੰਖੇਪ ਚ ਇਹ ਸਾਖੀ ਕਹਿ ਦਿੱਤੀ ਉਹਦੇ ਪ੍ਰਸੰਗ ਆਉਂਦਾ ਹੈ ਵੀ ਕਈ ਮਹੀਨੇ ਇਹਨੂੰ ਏਦਾਂ ਲੱਗ ਗਏ ਵੀ ਇੱਕ ਰਾਣੀ ਦੋ ਤਿੰਨ ਤੋਂ ਵਧੀਕ ਵਾਰ ਪਹਿਲਾਂ ਇਹਨੇ ਸ਼ੁਭ ਮਹੂਰਤ ਕੱਢਣਾ ਬ੍ਰਾਹਮਣ ਨੇ ਜਿਵੇਂ ਚੰਗਾ ਜਾਂ ਜਿਹਨੂੰ ਦੇਣੇ ਆਪ ਮੰਨਦਾ ਸੀ ਇਹਦੇ ਮੁਤਾਬਕ ਉਹ ਚੰਗਾ ਦਿਨ ਵੇਖ ਕੇ ਗ੍ਰਹਿਆਂ ਦੀ ਪੂਜਾ ਕਰਨੀ ਗਣੇਸ਼ ਮਨਾਉਣਾ ਤੇ ਫਿਰ ਅਰਦਾਸ ਕਰਕੇ ਆਪਣੇ ਦੇਵਤੇ ਅੱਗੇ ਜਦੋਂ ਤੁਰਨਾ ਤੇ ਅੱਗੇ ਕੋਈ ਨਾ ਕੋਈ ਕਹਿੰਦੇ ਵੀ ਇਹਨਾਂ ਨੂੰ ਲੱਗਣਾ ਵੀ ਇਹਨਾਂ ਅਪਸ਼ਗਨ ਹੋ ਗਿਆ ਫਿਰ ਵਾਪਸ ਮੁੜ ਪੈਣਾ ਜਦੋਂ ਕਿੰਨਾ ਸਮਾਂ ਇੱਦਾਂ ਹੀ ਲੰਘ ਗਿਆ ਮਹਾਰਾਜ ਕਹਿੰਦੇ ਪੋਥੀ ਨਹੀਂ ਲੈ ਕੇ ਆਉਂਦੇ ਕਹਿੰਦੇ ਮਹਾਰਾਜ ਕੋਈ ਚੰਗਾ ਦੇਣੀ ਨਹੀਂ ਲੱਭ ਰਿਹਾ ਜਦੋਂ ਤੁਰਦੇ ਆ ਕੋਈ ਨਾ ਕੋਈ ਅਪਸ਼ਗਨ ਹੋ ਜਾਂਦਾ ਹੈ ਫਿਰ ਮੁੜਨਾ ਪੈਂਦਾ ਹੈ ਕੋਈ ਸੰਜੋਗ ਜੋਗ ਬਣ ਹੀ ਨਹੀਂ ਰਿਹਾ ਕਾਂਛੀ ਜਾਣ ਦਾ ਫਿਰ ਮਹਾਰਾਜ ਸਾਹਿਬ ਜੀ ਨੇ ਸਮਝਾਇਆ ਕਹਿੰਦੇ ਤੂੰ ਹਜੇ ਮਨ ਚ ਇਹ ਖਿਆਲ ਕਰਦਾ ਸੀ ਵੀ ਮੈਨੂੰ ਗੁਰੂ ਸਾਹਿਬ ਅਨੰਦ ਭਗਤ ਪੰਡਿਤ ਕਿਉਂ ਨਹੀਂ ਕਹਿੰਦੇ ਕਹਿੰਦੇ ਇਹੀ ਕਾਰਨ ਹੈ ਤੂੰ ਜੇ ਗਣੇਸ਼ ਨੂੰ ਮੰਨਦਾ ਹੈ ਤੇ ਤੂੰ ਉਹਦੇ ਭਰੋਸਾ ਥੋੜ੍ਹਾ ਰੱਖਦਾ ਆ ਵੇਖ ਤੈਨੂੰ ਆਪਣੇ ਸਿੱਖਾਂ ਬਾਰੇ ਦੱਸਦੇ ਆ ਵੀ ਇਹ ਕਿਵੇਂ ਅਨੰਦ ਭਗਤ ਹਨ ਸਾਡੇ ਭਾਈ ਪਹਿਲਾ ਮੁੱਖਾ ਜਿਹੜਾ ਜ਼ਿਕਰ ਆ ਗਿਆ ਨਾ ਵੀ ਮਹਾਰਾਜ ਤੋਂ ਸੇਵਾ ਕਰਦਾ ਸੀ ਗੁਰੂ ਹਰਿਮੰਦਰ ਸਾਹਿਬ ਜੀ ਦੇ ਨਾਲ ਵੀ ਇਹ ਰਿਹਾ ਤੇ ਪੰਜਵੇਂ ਪਾਤਸ਼ਾਹ ਨਾਲ ਲਾਹੌਰ ਵੀ ਗਿਆ ਸੀ ਭਾਈ ਪੈੜਾ ਤੇ ਪੈੜੇ ਮੌਕੇ ਨੂੰ ਬੁਲਾ ਕਰਕੇ ਮਹਾਰਾਜ ਨੇ ਆਪਣੇ ਹਜ਼ੂਰ ਬਚਨ ਕੀਤਾ ਸੰਗਲਾ ਦੀਪ ਜੇ ਸੁਣਿਓ ਮਹਾਰਾਜ ਕਹਿੰਦੇ ਗੁਰਸਿੱਖਾ ਜਿਹੜਾ ਸੰਗਲਾ ਦੀਪ
ਇਹ ਸੁਣ ਚ ਆਉਂਦਾ ਹੈ ਨਾ ਵੀ ਸੰਗਲਾ ਦੀਪ ਦਾ ਇਲਾਕਾ ਹੈ, ਟਾਪੂ ਹੈ, ਪ੍ਰਾਣ ਸੰਗਲੀ ਪੋਥੀ ਦਾ ਉੱਥੇ ਇੱਕ ਪੋਥੀ ਆ, ਉਹਦਾ ਨਾਮ ਹੈ ਪ੍ਰਾਣ ਸੰਗਲੀ, ਜਿਹਦੇ ਵਿੱਚ ਪ੍ਰਾਣ ਚੜਾਉਣ ਲਾਉਣ ਦੀ ਕਲਾ ਗੁਰੂ ਨਾਨਕ ਸਾਹਿਬ ਜੀ ਨੇ ਉੱਥੋਂ ਦੇ ਰਾਜੇ ਨੂੰ ਕਹਿ ਕੇ ਸੁਣਾਈ ਸੀ ਸਾਰੇ। ਇਹ ਆਵੋ ਗਮਨੋ ਮਗ ਮਹਾ ਪਹੇ ਪਾਤਸ਼ਾਹ ਕਹਿੰਦੇ ਜਾ ਤੂੰ ਤੇ ਸੰਗਲਾ ਦੀਪ ਚਲਾ ਜਾ, ਜਾ ਕੇ ਉਹ ਪੋਥੀ ਲੈ ਕੇ ਆ। ਗੁਰਮਤ ਦ੍ਰਿੜ ਕਰਾਈ, ਗੁਰਮਤ ਦੀ ਪ੍ਰਪਕਤਾ ਬਖਸ਼ੀ ਪਹੁੰਚ ਕੇ ਰਾਜਾ ਵੀ ਤੇ ਰਾਜੇ ਦੇ ਸਮੇਤ ਜਿੰਨੇ ਵੀ ਉਹਦੇ ਦੇਸ਼ ਦੇ ਲੋਕ ਸਨ ਭਾਈ ਭੈਣੇ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੀ ਬਹੁਤੀ ਕਿਰਪਾ ਪਾ ਕੇ ਸਤਨਾਮ ਦੇ ਕਰੇ ਨਿਹਾਲਾ, ਮਹਾਰਾਜ ਨੇ ਦਇਆ ਕੀਤੀ ਤੇ ਦਇਆ ਕਰਕੇ ਸਭ ਨੂੰ ਸਤਨਾਮ ਸ੍ਰੀ ਵਾਹਿਗੁਰੂ ਜਪਾ ਕੇ ਨਿਹਾਲ ਕਰ ਦਿੱਤਾ। ਜਿਮ ਤੈਂ ਗਏ ਕਰੀ ਜਿਮ ਲੀਲਾ, ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਗਏ ਸੰਗਲਾ ਦੀਪ ਦੇ ਵਿੱਚ ਤੇ ਜਿਵੇਂ ਉੱਥੇ ਲੀਲਾ ਕੀਤੀ, ਰਾਜੇ ਨੂੰ ਪਰਖਣ ਜਾਂ ਲੋਭ ਵੀ ਹੋ ਗਏ, ਬਾਗ ਵੀ ਮਹਾਰਾਜ ਦੇ ਜਾਣ ਦੇ ਨਾਲ ਸੁੱਕਾ ਹਰਿਆ ਹੋਇਆ। ਜਿਮ ਉਪਦੇਸ਼ਿਓ ਨਿਰਪਤ ਸੁਸ਼ੀਲਾ, ਤੇ ਜੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਨੇਕ ਰਾਜੇ ਸ਼ਿਵ ਰਾਮ ਨੂੰ ਉਪਦੇਸ਼ ਦਿੱਤਾ, ਕਲਿਆਣ ਕੀਤੇ ਜਾਂ ਜੋ ਸਗਲਾ ਦੀ ਵਿੱਚ ਜਾ ਕੇ ਸ਼ਿਵ ਨਾਮ ਨੂੰ ਨਿਹਾਲ ਕੀਤਾ ਹੈ, ਉੱਥੋਂ ਦੀ ਸਾਖੀ ਜਾਣੋ। ਪ੍ਰਾਣ ਸੰਗਲੀ ਰਤਨ ਮਹਾਨੋ, ਤੇ ਪ੍ਰਾਣ ਸੰਗਲੀ ਪੋਥੀ ਵੀ ਉੱਥੇ ਹੀ ਮਹਾਰਾਜ ਸਾਹਿਬ ਜੀ ਨੇ ਰਚਨਾ ਕੀਤੇ। ਹਮਰੋ ਸਿੱਖ ਆਵੇ ਦਿਸ ਦੀਜੈ, ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਫਿਰ ਸ਼ਿਵ ਨਾਮ ਨੂੰ ਕਿਹਾ ਸੀ ਵੀ ਇਹ ਜਿਹੜੀ ਪ੍ਰਾਣ ਸੰਗਲੀ ਹੈ ਇਹ ਰਾਜਨ ਆਪਣੇ ਕੋਲ ਪੋਥੀ ਸੰਭਾਲ ਕੇ ਰੱਖ, ਤੇ ਸਾਡਾ ਸਿੱਖ ਆਵੇਗਾ ਤੇ ਉਹਨੂੰ ਦੇ ਦੇਵੇ। ਆਪ ਲੱਗ ਇਹਾ ਰੱਖੋ ਕੀਜੈ, ਜਿੰਨਾ ਚਿਰ ਸਾਡਾ ਕੋਈ ਸਿੱਖ ਨਾ ਆਵੇ ਉਹਨਾਂ ਚਿਰ ਪੋਥੀ ਆਪਣੇ ਮਹਿਲਾਂ ਦੇ ਜਾਂ ਆਪਣੇ ਘਰ ਦੇ ਟਿਕਾ ਕੇ ਰੱਖ। ਸਿਮਰ ਪਾਠ ਇਹ ਅਰਜਨ ਨਾਥ, ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਉਹ ਬਚਨ ਫਿਰ ਚੇਤੇ ਕੀਤਾ। ਭੈੜੇ ਮੁਖੇ ਦਈ ਸੁਗਥ, ਭੈੜੇ ਮੁਖੇ ਨੂੰ ਸਾਰੀ ਗੱਲ ਸਾਖੀ ਸਮਝਾ ਦੇ ਵੀ ਮਹਾਰਾਜ ਉੱਥੇ ਪੋਥੀ ਸਾਹਿਬ ਲੱਗ ਕੇ ਆਏ ਤੇ ਕਹਿ ਆਏ ਸੀ ਸਾਡਾ ਸਿੱਖ ਆਊਗਾ ਤੇ ਲੈ ਕੇ ਜਾਊਗਾ। ਲਿਖਿਓ ਹੁਕਮਨਾਮਾ ਜਿਮ ਭਾਇਓ, ਮਹਾਰਾਜ ਕਹਿੰਦੇ ਭਾਈ ਭੈੜੇ ਤੂੰ ਜਾ ਤੇ ਆ ਇੱਕ ਹੁਕਮਨਾਮਾ ਤੈਨੂੰ ਲਿਖ ਦਿੰਦੇ, ਇਹ ਤੂੰ ਰਾਜੇ ਨੂੰ ਜਾ ਕੇ ਜਿਹੜਾ ਹੋਣਾ ਹੋਵੇਗਾ ਉਹਨੂੰ ਪੜ੍ਹਾ ਦੇਵੇ। ਗੁਰ ਪ੍ਰਸੰਨ ਵੈ ਕਰਪ ਕਰਾਇਓ, ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਨੂੰ ਜੇ ਚੰਗਾ ਲੱਗਾ ਹੁਕਮਨਾਮਾ ਦੇਖ ਕੇ ਤੇ ਭਾਈ ਭੈਣੇ ਨੂੰ ਪਕੜਾ ਦਿੱਤਾ। ਸ੍ਰੀ ਨਾਨਕ ਪੋਥੀ ਤਿਸ ਥਾਏ, ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੀ ਪੋਥੀ ਉਸ ਥਾਂ ਦੇ ਸੁਭਾਏ ਬਾਣ ਹੈ। ਸਕਲ ਸੁਣਾਈ, ਰਾਹ ਦੀ ਹਕੀਕਤ ਸੁਣਾਈ ਹੈ ਸਾਰੀ ਪਰਮੇਸ਼ਰ ਦੇ ਨਾਲ ਮਿੰਤਾ ਜਿਹੜੇ ਉਪਦੇਸ਼ ਹੈ। ਪੋਥੀ ਦੇਹੇ ਸੋ ਖੋਲੋ ਨਾਹੀ, ਰਾਮ ਮਹਾਰਾਜ ਨੇ ਕਿਹਾ ਵੀ ਜਦੋਂ ਪੋਥੀ ਦਵੇ ਨਾ ਜਿਹੜਾ ਰਾਜਾ ਹੁਣ ਮੌਜੂਦ ਹੈ ਉਹ ਪੋਥੀ ਲੈ ਕੇ ਆਪਣੇ ਸਿਰ ਤੇ ਟਿਕਾ ਕੇ ਲੈ ਆਉਣੀ ਹੈ, ਉਹਨੂੰ ਖੋਲ ਕੇ ਪੂਰੇ ਦਰਸ਼ਨ ਨਹੀਂ ਕਰਨੇ। ਹਟੋ ਲਿਓ ਆਵੋ ਹਮ ਪਾਹੀ, ਉੱਥੇ ਕੁਛ ਦਿਨ ਰਹਿ ਕੇ ਗੁਰਮਤਿ ਦ੍ਰਿੜ ਕਰਾ ਕੇ ਸਿੱਖੀ ਦੀ ਪ੍ਰਚਾਰ ਦੇ ਲਈ ਸਤਸੰਗਤ ਦੀ ਫੇਰੀ ਉੱਥੇ ਪਾਉਣੀ ਹੈ, ਸਿੱਖੀ ਦਾ ਪ੍ਰਚਾਰ ਕਰਨਾ, ਸੰਗਤ ਵਿੱਚ ਹਾਜ਼ਰੀ ਭਰ ਕੇ ਤੇ ਵਾਪਸ ਮੁੜ ਆਉਣਾ ਹੈ। ਤੇ ਪੋਥੀ ਮਹਾਰਾਜ ਕਹਿੰਦੇ ਸਾਡੇ ਕੋਲ ਹੀ ਸਿੱਧਾ ਲੈ ਕੇ ਆਉਣੀ ਆ, ਉਹਨੂੰ ਨਾ ਖੋਲਣਾ ਹੈ ਤੇ ਨਾ ਕਿਤੇ ਹੋਰ ਜਾਣਾ। ਇੱਕ ਸਿੱਖ ਰਾਖੇ ਪੈਸੇ ਪਾਂਚ, ਉਹ ਇਹਨੇ ਜਦੋਂ ਤੋਰਿਆ ਨਾ ਮਹਾਰਾਜ ਨੇ ਭਾਈ ਭੈਣੇ ਨੇ ਕੁਝ ਮੰਗਿਆ ਨਾ, ਜੇ ਬ੍ਰਾਹਮਣ ਪੈਸੇ ਮੰਗਦਾ ਸੀ ਜਦੋਂ ਜਾਣ ਦੇ ਲਈ
एक सिख ने पांच पैसे महाराज नु मत्था टेकया से ओ खर्ची दीनी गुर साच महाराज ने ओ पांच पैसे अपने हथा ना चुके ते आप ही भाई पैणे नु दे दे वी आले राह दे विच जे किते लोड़ पवे ते खर्च लवे अगर बात समझाए पठायो सारी गल बात समझा के महाराज जी ने भाई पैणे मौके नु भेजिया सगला दी प्राण संगनी लैण वास्ते महाराज कहते वेख साडे सिख महाराज कहते वेख साडे सिख कहने सिख भले तै लहे हो पंडित जी तुसी चंगी तरह वेखिया जे ना तुहाड़े सामने असी सिख नूं सद्या ते हुक्म कीता ते चला जा ते उह साडा हुक्म मन के ते उसे वेले सगला दीप नूं चला गया वार महूरत तिथ न पुछा उहने वेख कोई वार पुछिया वी महाराज कहिहड़ा वार चंगा वी मैं उस वार जावां जां उहने महाराज साहिब जी कहिंदे कोई महूरत पुछिया कहिहड़ी तरीक नूं जावां बिना खर्च ते मन लै छुछा फिर खर्च तो खाली है ना उहने साडे को कोई मंगिया ते अपनी इच्छा ना सी जे दित्ता ते वी पंज पैसे दा की बणदा बिना खर्च तो महाराज कहिंदे समझ ला वी खाली गया ना पर अंदरों नहीं खाली उहदा मन नहीं खाली अंदरों सिदक करके भरिया होया सिख महाराज कहिंदे सिख साडे जांदे ऐ महाराज जी कहिंदे नेतियो सानू गुरु नानक साहिब अपने अंग संगी समझदे ऐ वी महाराज साडे नाल ही है भगत अनंत कहावत ऐसे इस करके पंडित जी साडे सिख अनल भगत कहांदे ने भाव केवल साडे परायण रहिंदे ने परायण की भी साडे ही आसरे रहिंदे साडे तो बिना होर किसे दा आसरा सहारा नहीं बनदे इन्हां नूं पता है भी जो गुरु साहिब ने कहता ओ वचन मनण साडा भला इस करके सिख ना कोई दिन दी विचार करदे ना तरीक ना मुहूर्त ना लेकर ना किंतु ना परंतु गुरसिखी है नहीं जी लेकर किंतु परंतु ऐदा नहीं ऐदा ऐदा ये नहीं सिखी सिखी है सत वचन महाराज जो गुर कहे सोई पल मानो जो महाराज ने कहता भला जी ये है गुरसिखी जड़ा अपना महाराज ऐदा नहीं ऐदा ऐदा नहीं सी होना चाहिए महाराज ने ऐदा क्यों नहीं किया ऐदा क्यों नहीं लिखा ये सिखी नहीं मूर्खता है ਇਹ ਪਾਤਸ਼ਾਹ ਕਹਿੰਦੇ ਵੇਖ ਸਾਡੇ ਸਿੱਖ ਇਹ ਇਸ ਕਰਕੇ ਅਨੰਤ ਭਗਤ ਨੇ ਇਹ ਸਾਡਾ ਹੀ ਆਸਰਾ ਰੱਖਦੇ ਨੇ ਹੋਰ ਕਿਸੇ ਦੀ ਆਸ ਨਹੀਂ ਰੱਖਦੇ ਹੋਰ ਬਿਨ ਅਪਰ ਨ ਮਾਨੈ ਕੈਸੇ ਗੁਰੂ ਤੋਂ ਬਗੈਰ ਹੋਰ ਕਿਸੇ ਦਾ ਬਦਲ ਕਿਸੇ ਤਰ੍ਹਾਂ ਮੰਨਦੇ ਹੀ ਨਹੀਂ ਜੋ ਗੁਰੂ ਸਾਹਿਬ ਨੇ ਕਿਹਾ ਕਹਿੰਦੇ ਉਹੀ ਸੱਚ ਹੈ ਬਾਕੀ ਸਭ ਝੂਠ ਹੈ ਕੰਨ ਦੇਵਨ ਪਰ ਨਿਸ਼ਚਾ ਤੇਰਾ ਪਰ ਵੇਖ ਪੰਡਤ ਤੇਰਾ ਕਿੰਨੇ ਦੇਵਤਿਆਂ ਦੇ ਉੱਤੇ ਭਰੋਸਾ ਹੈ ਕਿੰਨੇ ਦੇਵੀ ਦੇਵਤਿਆਂ ਨੂੰ ਤੂੰ ਮੰਨਦਾ ਪੂਜਦਾ ਮਹਾਰਾਜ ਕਹਿਣ ਲੱਗੇ ਭਾਈ ਗੁਰਦਾਸ ਜੀ ਆ ਜਿਹੜਾ ਪ੍ਰਸੰਗ ਹੋਇਆ ਏ ਤੇ ਸਾਰੇ ਦੇ ਕਵਿਤ ਬਣਾਉਣਾ ਕਰੋ ਜਾਂ ਭਾਈ ਗੁਰਦਾਸ ਜੀ ਲਾਗੇ ਸੀ ਮਹਾਰਾਜ ਜੀ ਆਗਿਆ ਦੇ ਨਾਲ ਕਵਿਤਾ ਇਹ ਸਾਰੀ ਪੰਡਤ ਦੀ ਹਾਲਤ ਦੱਸੇ ਹੁਣ ਭਾਈ ਜੁਗ ਕਵਿਤ ਬਣਾਏ ਪਏ ਪਾਤਸ਼ਾਹ ਦੀ ਆਗਿਆ ਹੋਏ ਤੇ ਭਾਈ ਗੁਰਦਾਸ ਜੀ ਨੇ ਦੋ ਕਵਿਤ ਉਤਾਰੇ ਜਦੋਂ ਪੋਥੀ ਲੈਣ ਜਾਣਾ ਸੀ ਪੰਡਤ ਨੇ ਤੇ ਇੱਕ ਖੋਤੇ ਦੀ ਆਵਾਜ਼ ਸੁਣ ਕੇ ਵਾਪਸ ਮੁੜ ਆਇਆ ਸੰਤੋਖ ਸਿੰਘ ਜੀ ਕਹਿੰਦੇ ਵੀ ਉਹ ਪ੍ਰਸੰਗ ਚੱਲਦੇ ਰਿਹਾ ਹੈ
तेरे भाई गुरुराज ने कबे तो चारे हो इच्छे भी मैं लिख देना हा आठ कर जानो गुर सिख भाई ए गुर सिख भरावो जे भाई गुरुराज ने ओ साखी सब अखां ना वेख के कबेत वेद कही है ओ पढ़ के जे तुसी चंगी तरह जान लवोगे भाई गुरदास जी वाच भाई गुरदास जी उचारदे हन अपनी बाणी कबेत वैसनो अनन ब्रह्मन सार ग्राम सेवा भाई गुरदास जी कहंदे वी एक वैष्णो ब्राह्मण जेड़ा सार ग्राम दी पत्थर दी सेवा करदा है बड़ी रीझ दे नाल ओदे अपने आप साल ग्राम का अनन भगत मानता है भी मैं साल ग्राम का अनन हाए आसरे रहा हाँ गीता पढ़ता है गीता के अर्थ जानता भागवत पढ़ता है ते अपने आप कला ही बलवान स्रोता भी मेरे अर्गा कोई स्रोता भी नहीं ऐसा कहता है तीर्थ धर्म देव यात्रा को पंडित जो कहते कि तीर्थ से जाना हो कांची इन्हों तीर्थ से क्योंकि कांची तो जानी सी ना पोथी तीर्थ यात्रा जाना सी धर्म स्थान से जाना सी देवते की यात्रा ही हो जानी सी तो कांची जाता क्योंकि देवपुरी है मुहूर्त सुधवाया भी केड़ा मुहूर्त दो घड़िया के समय का ना मुहूर्त है भी केड़े मुहूर्त चलीए तो सोच लेना भी आ मुहूर्त चंगा भी दो घड़िया चो जेड़े मर्जी समय तुर पैना पर तुरना है ਇਹਦਾ ਕਹਿੰਦੇ ਵੀ ਮਹੂਰਤ ਸੁਧਵਾ ਕੇ ਤੇ ਜਾਣ ਦੀ ਉਹਨੇ ਤਿਆਰੀ ਕਰ ਲਈ ਬਾਹਰ ਨਿਕਸ ਕਰ ਤਬ ਸਵਾਨ ਸਗਨ ਕੈ ਜਦੋਂ ਕਹਿੰਦੇ ਅੰਮ੍ਰਿਤਸਰ ਸਾਹਿਬ ਤੋਂ ਬਾਹਰ ਨਿਕਲਿਆ ਚੱਲਿਆ ਹੈ ਕਾਂਛੀ ਪੋਥੀ ਲੈਣ ਮਹਾਰਾਜ ਦੀ ਆਗਿਆ ਦੇ ਨਾਲ ਤੇ ਬਾਹਰ ਕਹਿੰਦੇ ਕੁੱਤਾ ਵੇਖ ਲਿਆ ਬਾਹਰ ਖੋਤੇ ਭਿਣਕਦੇ ਨੂੰ ਵੇਖਿਆ ਤੇ ਕਹਿੰਦਾ ਇਹਦੇ ਕੁਸਗਨ ਹੋ ਗਿਆ ਸ਼ੰਕਾ ਉਪਰਾਜ ਕੈ ਬਾਹਰ शंका पैदा करके मुड़ के घर आ गया कहते कई दिन ऐसा चलता रहा दिन लभदा है मुहूर्त चंगा वेखदा है कोई ना कोई रुकावट पैंदी है ते फिर वापस मुड़ के घर आ जाता रहा अपने आप देवत्यां दा कहिंदे अनन भगत मानदा है पर उन्हां दे भरोसा नहीं रखिया दुर्बदा अछत ना परम पद पावे एदा जिहड़ा दुर्बदा दे च पैंदा है ओह कदी वी वड्डी पदवी अवस्था पा ही नहीं सकदा गुर सिख संगत मिलाप को प्रतापी सो जे पासे कहिंदे वी गुर सिखां दी संगत दा मिलाप इहो जिहा है जिहड़े गुरु दी सिख संगत करदे हन गुरसिख इस करके भगत ने महाराज ने समझाया पंडित साडे जेड़े सिख ने पूछतना ज्योतक कहते ज्योतिषी को पुछण नहीं जाते तो सात संगत जो ज्योतिषी को पुछण जाते अपने आप ही विचों निकल गए भी वह सिख ने क्योंकि जेडे सिख ने ज्योतिषियों के कोल जाके अपने हाथ नहीं विखाते मुहूर्त नहीं सुधाते साहे नहीं कढ़ाते उन्होंने ये नहीं कहते भी साढ़े जेडे ग्रह ठीक कर दो साडे वास्ते कोई उपचार दसो जेड़े सिख ने पूछत नौतक ज्योतिषियां कुछ नहीं पुछते कोई भी कहते भी वेदां दा वचन है उहदे अनुसार नहीं चलते थित केड़ी चंगी है वार केड़ा चंगा थित तो भाव जे अजकल तरीक है अंग्रेजी च देसी महीनिया दियां छित्तां होंदियां नेरे दे चन्न ने पख दियां कहते ना ये थित पुछते है ना कोई वार ऐतवार सोमवार मंगलवार बुधवार भी केड़ा वार चंगा ये चीज नहीं कुछ कुछ भी पुछते नक्षत्र की नशंका नहीं धारते भी नक्षत्र चंगा सी जा माड़ा सी
ग्रह जेड़ा है मेरे वास्ते ठीक है, ग्रहां दी चाल जां मेरे उल्टा है, एदा दा शंका गुरु सिखां दे मन च नहीं उठदा। जानत न सगन लगन आन देव सेव, किसे सगन नूं नहीं मानदे। जे आपां कह दिंदे वी आप सगन है आ सगन है, कहिंदे कोई सगन आ नहीं, कोई सगन आ गुरु के सिख मानदे नहीं, जानदे ही नहीं हन, ना कोई लगन जानदे हन वी लगन ठीक है, किसे आन होर देवी देवते दी सेवा नहीं करदे। शब्द सुरत ले बने निरंकारी है, शब्द नूं मुख रखिया है ते गुर शब्द च अपनी सुरत जोड़ के ते जड़ी लेव है ना एक रस, उह निरंकार दे प्रेम दे विच बिरती ठहराई हुई है गुरसिखां ने। एक संत बालक श्री गुर प्रतपालक, जेड़े सिख जेड़े संत ने ए बालका दी न्यायां गुरु महाराज साहिब जी दे वास्ते ते गुरु साहिब जी पिता दी न्याय प्रतपालदे हन। ਵੇ ਜੀਵਨ ਮੁਕਤ ਗਤ ਬ੍ਰਹਮ ਵਿਚਾਰੀ ਹੈ, ਇਹਦਾ ਜੀਵਨ ਮੁਕਤੀ ਨੂੰ ਪ੍ਰਾਪਤ ਕਰਦੇ ਬ੍ਰਹਮ ਨੂੰ ਵਿਚਾਰਦੇ ਗੁਰਸਿੱਖ ਅਨੰਦ ਭਗਤ ਹਨ। ਚਾਓ ਪਈ ਨਿਰਣੈ ਕਰ ਦਿਜਨੇ ਤਬ ਜਾਣੇ, ਗੁਰੂ ਮਹਾਰਾਜ ਨੇ ਬਚਨ ਕਹੇ ਤੇ ਭਾਈ ਗੁਰਦਾਸ ਜੀ ਨੇ ਵੀ ਉਹ ਕਵਿਤ ਬਣਾ ਕੇ ਸੁਣਾਇਆ ਤੇ ਪੰਡਿਤ ਨੂੰ ਨਿਰਣਾ ਹੋ ਗਿਆ। ਇਹ ਗੱਲ ਸਮਝ ਲਈ ਵੀ ਵਾਕਿਆ ਹੀ ਵੀ ਭਾਈ ਸਾਲੋ ਨੂੰ ਮਹਾਰਾਜ ਨੇ ਕਿਉਂ ਅਨੰਦ ਭਗਤ ਕਿਹਾ ਹੈ। ਬ੍ਰਾਹਮਣ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਬਦ ਬਚਨ ਸੁਣ ਕੇ ਸ਼ਾਂਤੀ ਪ੍ਰਾਪਤ ਹੋ ਆਏ। ਬਾਹਰ ਨਾ ਸੰਸਾ ਪ੍ਰਾਪਤ ਰਿਤ ਕੋ, ਮੁੜ ਕੇ ਹਿਰਦੇ ਕਦੀ ਸ਼ੰਕਾ ਨੀ ਕੋਈ ਉੱਠਿਆ, ਜਿਵੇਂ ਹੁਣ ਉੱਠਿਆ ਸੀ ਵੀ ਸਿੱਖਾਂ ਨੂੰ ਅਨੰਦ ਭਗਤ ਤੇ ਸਾਨੂੰ ਇਕੱਲਾ ਪੰਡਿਤ ਵੀ ਅਸੀਂ ਨੀ ਭਗਤ। ਮਹਾਰਾਜ ਕਹਿੰਦੇ ਨਾ ਭਾਈ ਤੇਰਾ ਦੇ ਗਲੇ ਨੇ ਰਾਹ ਰੋਕਦਾ ਤੇ ਤੂੰ ਕਾਹਦਾ ਭਗਤ ਹੈ, ਸਾਡੇ ਸਿੱਖ ਤਾਂ ਇਹੋ ਜਿਹੇ ਹੋਣਗੇ। ਮੰਨ ਲਓ ਮਹਾਰਾਜ ਭਵਿੱਖ ਦੇ ਬਚਨ ਕਹਿ ਰਹੇ ਹੋਣੇ, ਕੌਤਕ ਵਿਖਾ ਕੇ ਇਹਨਾਂ ਦੇ ਖੰਡੇ ਨੀ ਰਾਹ ਰੋਕਣਗੇ, ਇਹਨਾਂ ਨੂੰ ਤੇ ਅਟਕ ਵਰਗੇ ਨੀ ਅਟਕਾ ਸਕਣਗੇ, ਸਾਡਾ ਖਾਲਸਾ ਐਸਾ ਹੋਵੇਗਾ ਤੇ ਤੁਸੀਂ ਗਧਿਆਂ ਦੇ ਕਰਕੇ ਰਾਹ ਕਹਿੰਦੇ ਵੀ ਗਧਾ ਰਾਹ ਰੋਕਿਆ ਬਿੱਲੀ ਰਾਹ ਕੱਟ ਗਏ। ਉਹ ਵਿਚਾਰੀ ਆਪਣੀ ਜਾਨ ਬਚਾਉਂਦੀ ਹੁੰਦੀ ਆ, ਜਦੋਂ ਆਈਦਾ ਹੈ ਕਿਤੇ ਮੋਟਰਸਾਈਕਲ ਗੱਡੀ ਤੇ ਇੱਕ ਪਾਸੇ ਦੂਜੇ ਪਾਸੇ ਜਦੋਂ ਬਿੱਲੀ ਨੇ ਜਾਣਾ ਇਹਨੇ ਭੱਜ ਕੇ ਹੀ ਜਾਣਾ ਹੈ ਨਾ, ਉਹ ਹੁਣ ਉੱਤੋਂ ਦੀ ਉੱਡ ਕੇ ਤੇ ਜਾਣਾ ਨਹੀਂ, ਜੇ ਲੰਘ ਜੇ ਕਹਿੰਦੇ ਬਿੱਲੀ ਰਾਹ ਕੱਟ ਗਈ ਹੈ। ਹੁਣ ਇਹ ਕੀ ਪਤਾ ਵੀ ਉਹ ਬਿੱਲੀ ਵਿਚਾਰੀ ਦਾ ਰਾਹ ਤੂੰ ਕੱਟਿਆ, ਵੀ ਉਹ ਸੋਚਦੀ ਹੋਵੇ ਵੀ ਇਹ ਕਿੱਥੋਂ ਮੱਥੇ ਲੱਗ ਗਿਆ ਹੈ, ਕਹਿੰਦੇ ਵੀ ਗਧਾ ਸੋਚਦਾ ਹੋਵੇ ਵੀ ਇਹ ਕਿੱਥੋਂ ਮੱਥੇ ਲੱਗ ਗਿਆ, ਤੇ ਉਹ ਇਸ ਕਰਕੇ ਹਿਣਕਦਾ ਹੋਵੇ ਵੀ ਰੱਬਾ ਇਹੋ ਜਿਹੜੇ ਲੋਕ ਤੇਰੇ ਤੇ ਭਰੋਸਾ ਨਹੀਂ ਕਰਦੇ ਉਹਨਾਂ ਨੂੰ ਸਾਡੇ ਮੱਥੇ ਕਾਹਤੋਂ ਲਾਉਣਾ ਹੈ। ਇਹ ਤਾਂ ਹੁਣ ਮਹਾਰਾਜ ਦੀਆਂ ਮਹਾਰਾਜ ਜਾਣਦੇ ਨੇ ਨਾ, ਜਿਹਦਾ ਬਿੱਲੀ ਰਾਹ ਕੱਟਦੇ ਜਿਹਦਾ ਕੋਈ ਇਹ ਥੋੜ੍ਹੀ ਜਿਹੀ ਕੋਈ ਛਿੱਕ ਮਾਰੇ, ਕਹਿੰਦੇ ਛਿੱਕ ਮਾਰਤੀ ਹੁਣ ਕੰਮ ਨਹੀਂ ਆਉਣਾ, ਮਗਰੋਂ ਆਵਾਜ਼ ਮਾਰਤੀ ਕੰਮ ਨਹੀਂ ਆਉਣਾ, ਜਿਹਨਾਂ ਦੇ ਇੰਨੀਆਂ ਇੰਨੀਆਂ ਗੱਲਾਂ 'ਚ ਕੰਮ ਅੜਦੇ ਉਹਨਾਂ ਦਾ ਹੋਣਾ ਹੀ ਕੁਝ ਨਹੀਂ ਆ। ਜੇ ਮਹਾਰਾਜ ਦੇ ਭਰੋਸਾ ਹੀ ਨਹੀਂ ਹੈ, ਛਿੱਕ ਆਉਣੀ ਇੱਕ ਸਰੀਰ ਦੀ ਕਿਰਿਆ ਹੈ, ਇਹ ਕਦੋਂ ਵੀ ਆ ਸਕਦੀ ਹੈ। ਇਹ ਸਰੀਰ ਦਾ ਸ਼ਿੰਗਾਰ ਵੀ ਕਹੇ ਨੇ ਕਈਆਂ ਨੇ, ਜਿਹੜੇ ਡਕਾਰ ਸ਼ਿੰਗਾਏ ਸਰੀਰ ਦਾ ਸ਼ਿੰਗਾਰ ਨੇ। ਤੇ ਕਿਸੇ ਵੇਲੇ ਕੋਈ ਬੰਦਾ ਜਾ ਰਿਹਾ ਤੇ ਕੋਈ ਗੱਲ ਰਹਿ ਗਈ ਉਹਨੂੰ ਕਹਿਣ ਵਾਲੀ, ਜੇ ਆਵਾਜ਼ ਮਾਰ ਕੇ ਕਹਿ ਦਿੱਤੀ ਉਹਨੂੰ ਫਾਇਦਾ ਹੋਇਆ ਕਿ ਨੁਕਸਾਨ ਹੋਇਆ, ਵੀ ਆਹ ਚੀਜ਼ ਕਿਸੇ ਦੀ ਕੋਈ ਰਹਿ ਗਈ ਵੀ ਆਹ ਵੀ ਲੈ ਜਾਓ, ਆਹ ਪੈਸੇ ਰਹਿ ਗਏ ਜਾਂ ਫਲਾਨੇ ਨੂੰ ਆਹ ਕਹਿ ਦਿਓ ਉਹ ਕਹਿ ਦਿਓ, ਇਹਦੇ ਨਾਲ ਤਾਂ ਫਾਇਦਾ ਹੋਇਆ ਨੁਕਸਾਨ ਕੀ ਹੋਇਆ। ਇਹ ਕਰਕੇ ਹਾਂ ਕੁਝ ਇੱਦਾਂ ਦੇ ਸਿਧਾਂਤ ਹੁੰਦੇ ਸੀ ਵੀ ਸਾਹਮਣੇ ਜਿਹਦਾ ਕੋਈ ਧਿਆਨ ਹੋਵੇ, ਸਾਹਮਣੇ ਕੋਈ ਇਹੋ ਜਿਹਾ ਹਿਸਾਬ ਹੋਵੇ ਵੀ ਪਿੱਛੇ ਆਵਾਜ਼ ਮਾਰਿਆ, ਜੇ ਪਿੱਛੇ ਵੇਖੇ ਤਾਂ ਸਾਹਮਣੇ ਨੁਕਸਾਨ ਹੁੰਦਾ ਹੋਵੇ ਉਦੋਂ ਨਹੀਂ ਮਾਰਨੇ, ਪਰ ਘਰੋਂ ਜਾਣ ਲੱਗਿਆ ਕਾਹਦਾ ਨੁਕਸਾਨ ਹੈ, ਆਵਾਜ਼ ਮਾਰੀ ਕੋਈ ਕੰਮ ਸੀ ਗੱਲ ਸੀ ਕਹਿਤੀ। ਇਹ ਨਿੱਕੀਆਂ ਨਿੱਕੀਆਂ ਗੱਲਾਂ ਪੰਡਿਤ ਇੱਥੋਂ ਤੀਕਰ ਦੱਸਦੇ ਸੀ, ਘਰੋਂ ਬਾਹਰ ਨਿਕਲਣਾ ਅੱਜ ਸੱਜਾ ਪੈਰ ਰੱਖਣਾ ਹੈ ਕਿ ਖੱਬਾ ਰੱਖਣਾ, ਅੱਜ ਕੱਪੜੇ ਕਿਹੜੇ ਰੰਗ ਦੇ ਪਾਉਣੇ ਹਨ, ਅੱਜ ਦਾਨ ਕੀ ਕਰਨਾ ਇਹਦੇ ਕਿਹਨੂੰ ਕਰਨਾ, ਜੇ ਦਾਨ ਕਰਨਾ ਕਿਹੜੇ ਰੰਗ ਦੇ ਕੱਪੜੇ 'ਚ ਪਾ ਕੇ ਕਰਨਾ, ਬੜਾ ਕੁਝ। ਜਦੋਂ ਇਹ ਪਾਸੇ ਨੂੰ ਜਿਹੜੇ ਚੱਲਣਗੇ ਫਿਰ ਉਹਨਾਂ ਦਾ ਕੁਝ ਨਹੀਂ ਹੋ ਸਕਦਾ, ਘਰੇ ਬਜ਼ੁਰਗ ਭੁੱਖੇ ਮਰਨਗੇ, ਪੰਡਿਤਾਂ ਦੇ ਕਹਿਣ ਦੇ ਮੱਛੀਆਂ ਨੂੰ ਜਾ ਕੇ ਰੋਟੀਆਂ ਪਾਉਂਦੇ ਫਿਰਦੇ ਲੋਕ, ਆਟਾ ਪਾਉਂਦੇ ਹੈ। ਅਨੰਦਪੁਰ ਸਾਹਿਬ ਚਲੇ ਜਾਈਏ ਨਾ, ਉੱਥੇ ਵੱਡੀਆਂ ਨਹਿਰਾਂ ਲੰਘਦੀਆਂ, 10 ਕੁ ਮਿੰਟ ਸ਼ਾਮਾਂ ਦੀਆਂ ਨੂੰ ਪੁੱਲ 'ਤੇ ਖਲੋ ਜਾਓ, ਬੜੇ ਲੋਕ ਆਉਂਦੇ ਆਟਾ ਲੈ ਲੈ ਕੇ ਮੱਛੀਆਂ ਨੂੰ ਪਾਉਂਦੇ ਹੈ,
ਕਹਿੰਦੇ ਪੰਡਿਤ ਜੀ ਨੇ ਦੱਸਿਆ ਸੀ ਇਹਦੇ ਨਾਲ ਕੰਮ ਠੀਕ ਹੁੰਦਾ ਵੀ ਘਰ ਦੇ ਵਿੱਚ ਭਾਵੇਂ ਕੋਈ ਭੁੱਖਾ ਮਰਦਾ ਉਹਦੀ ਸੇਵਾ ਦੀ ਅਤੇ ਮੱਛੀਆਂ ਦਾ ਖਾਣਾ ਅਤੇ ਮਹਾਰਾਜ ਨੇ ਜਲ ਦੇ ਵਿੱਚ ਬਣਾਇਆ ਜਾਂ ਉਹ ਪਰਮੇਸ਼ੁਰ ਨੂੰ ਸਾਰਿਆਂ ਦਾ ਫਿਕਰ ਹੈ ਥਾਂ ਬਥਾਂ ਇਹ ਕਰਕੇ ਕਹਿਣ ਤੋਂ ਭਾਵ ਇਹੀ ਆ ਵੀ ਜਿਹੜੀਆਂ ਇਹ ਵਿਚਾਰਾਂ ਬਣੀਆਂ ਨੇ ਨਾ ਬਣੀ ਕਿਸੇ ਕਾਰਨ ਸੀ ਬੰਦਾ ਅੱਗੇ ਕੁਝ ਹੋਰ ਵਿਚਾਰਾਂ ਨੂੰ ਅੱਗੇ ਤੋਂ ਅੱਗੇ ਲੈ ਗਿਆ ਆਪ ਕਹਿੰਦੇ ਹੁੰਦੇ ਸੀ ਨੰਗੇ ਸਿਰ ਝਾੜੂ ਨਹੀਂ ਮਾਰੀਦਾ ਤੇ ਇਹ ਨਹੀਂ ਦੱਸਿਆ ਕਿਉਂ ਨਹੀਂ ਮਾਰੀਦਾ ਵੀ ਸਿਰ 'ਚ ਖੇਹ ਪੈਂਦੀ ਤਾਂ ਕਹਿੰਦੇ ਹੈ ਪਰ ਉਹਨੂੰ ਵੀ ਵਹਿਮ ਬਣਾ ਕੇ ਪੇਸ਼ ਕਰ ਦਿੱਤਾ ਹਰ ਇੱਕ ਗੱਲ ਨੂੰ ਨਿੱਕੀ ਨਿੱਕੀ ਗੱਲ ਨੂੰ ਇੱਕ ਵਹਿਮ ਬਣਾ ਕੇ ਅਤੇ ਵਿਖਾ ਦਿੱਤਾ ਜੇ ਕਹਿੰਦੇ ਰਾਤ ਨੂੰ ਨੌਂ ਨਹੀਂ ਕੱਟੀ ਦੇ ਕਿਉਂ ਕਹਿੰਦੇ ਹਨੇਰੇ 'ਚ ਵੱਧ ਘੱਟ ਵੱਢਿਆ ਜਾ ਸਕਦਾ ਹੁਣ ਤਾਂ ਬਲਬ ਜਗਦੇ ਆ ਚਾਨਣੇ ਕੱਟ ਸਕਦੇ ਹੈ ਨਾ ਪਰ ਫਿਰ ਹੀ ਕਹਿੰਦੇ ਨਹੀਂ ਜੀ ਰਾਤ ਨੂੰ ਨੌਂ ਨਹੀਂ ਕੱਟੀ ਦੇ ਰਾਤ ਨੂੰ ਸਿਰ ਨਹੀਂ ਵਾਹੀਦਾ ਪੁਰਾਣੇ ਸਮੇਂ 'ਚ ਤਾਂ ਕੇਸ ਜਿਹੜੇ ਸੀ ਉਹ ਖਿਲਰੇ ਹੋਏ ਦਿਖ ਨਹੀਂ ਸੀ ਸਕਦੇ ਹੁਣ ਤਾਂ ਚਾਨਣ ਹੈ ਹਰ ਇੱਕ ਚੀਜ਼ ਤੋਂ ਕੇਵਲ ਉਹਦਾ ਮਨੋਰਥ ਸਮਝਣਾ ਸੀ ਪਰ ਕੰਮ ਉਲਟ ਹੋ ਗਿਆ ਮਹਾਰਾਜ ਸਾਹਿਬ ਕਹਿੰਦੇ ਪੰਡਤਾ ਇਸ ਕਰਕੇ ਤੂੰ ਉਹਨਾਂ ਨੂੰ ਭਗਤ ਨਹੀਂ ਹੈ ਸਾਡੇ ਸਿੱਖ ਉਹਨਾਂ ਨੂੰ ਭਗਤ ਨੇ ਉਹ ਕੋਈ ਵਿਚਾਰ ਨਹੀਂ ਕਰਦੇ ਭਰੋਸਾ ਗੁਰੂ ਤੇ ਰੱਖਦੇ ਹਨ ਮਸਤਕ ਟੇਕ ਸਿਮਰ ਗੁਰ ਗਇਓ ਮਹਾਰਾਜ ਨੂੰ ਮੱਥਾ ਟੇਕ ਕੇ ਤੇ ਬ੍ਰਾਹਮਣ ਚਲਾ ਗਿਆ ਫਿਰ ਆਪਣੇ ਘਰੇ ਸਭ ਮਗ ਉਲੰਘ ਬਹੁਚਿਤ ਪਇਓ ਸਾਰਾ ਰਸਤਾ ਲੰਘ ਕੇ ਉਧਰ ਭਾਈ ਪੈੜਾ ਜੀ ਵੀ ਮਹਾਰਾਜ ਨੂੰ ਮੱਥਾ ਟੇਕ ਕੇ ਤੇ ਸਕਲਾ ਦੀਪ ਨੂੰ ਚਲਾ ਗਿਆ ਤੇ ਸਾਰਾ ਰਸਤਾ ਕਰਮ ਵਾਰ ਮੰਜ਼ਲਾਂ ਤੈਅ ਕਰਦਿਆਂ ਲੰਘ ਗਿਆ ਰਾਜਾ ਕੌਣ ਹੈ ਕੀ ਨਾਮ ਹੈ ਕਿੱਦਾਂ ਮਿਲੂਗਾ ਕਿਸ ਸਮੇਂ ਮਿਲੂਗਾ ਇਹ ਭਾਈ ਪੈੜੇ ਨੇ ਸਾਰੀ ਗੱਲਬਾਤ ਪੁੱਛ ਲਈ ਕਿਸੇ ਕੋਲੋਂ ਮਾਇਆ ਮੇਦਨੀ ਤਿਸ ਕੋ ਨਾਮ ਕਹਿਣ ਲੱਗੇ ਜੀ ਜੋ ਸਾਡਾ ਰਾਜਾ ਉਹਦਾ ਨਾਮ ਹੈ ਮਾਇਆ ਮੇਦਨੀ ਧਰਮੀ ਰਾਜਾ ਨਿਆਂਕਾਰੀ ਹੈ ਗੁਰੂ ਨਾਨਕ ਦੇਵ ਮਹਾਰਾਜ ਦਾ ਸਿੱਖ ਬੜਾ ਵੱਡਾ ਤੇ ਤਤ ਅੱਗੇ ਤਤ ਨੂੰ ਗ੍ਰਹਿਣ ਕਰਨ ਵਾਲਾ ਜਾਣਨ ਵਾਲਾ ਸਤਕਾਰ ਦੇ ਨਾਲ ਭਾਈ ਪੈੜੇ ਮੋਖੇ ਨੂੰ ਲੈਣ ਵਾਸਤੇ ਆਇਆ
ਹਰ ਆਦਰ ਅੰਤਰ ਪ੍ਰਵਿਸ਼ਾਇਓ। ਬੜਾ ਆਦਰ ਕੀਤਾ, ਬਹੁਤ ਸਤਿਕਾਰ ਕੀਤਾ, ਮੇਰੇ ਅਹੋ ਭਾਗ ਧੰਨ ਭਾਗ ਮੇਰੇ ਗੁਰੂ ਦਾ ਪਿਆਰਾ ਸਿੱਖ ਆਇਆ, ਸਿੱਖਾ ਧੰਨ ਹੈ, ਤੂੰ ਧੰਨ ਹੈ, ਤੂੰ ਆਇਆ ਹੈ, ਤੇਰੇ ਦਰਸ਼ਨ ਹੋਏ ਨੇ, ਤੇਰੇ ਨਹੀਂ ਤੇਰੇ ਰਾਹੀਂ ਗੁਰੂ ਪਾਤਸ਼ਾਹ ਦੇ ਦਰਸ਼ਨ ਹੋਏ ਨੇ, ਕਿਉਂਕਿ ਤੂੰ ਗੁਰੂ ਦੇ ਦਰਸ਼ਨ ਕੀਤੇ ਹੈ, ਧੰਨ ਹੈ ਤੂੰ ਧੰਨ ਹੈ। ਇਹ ਤਰ੍ਹਾਂ ਬਹੁਤ ਭਾਵਨਾ ਦੇ ਨਾਲ ਰਾਜੇ ਨੇ ਸਤਿਕਾਰ ਕੀਤਾ, ਸੋਹਣੇ ਆਸਣ ਤੇ ਆਪਣੇ ਪਾਸ ਉੱਚੇ ਥਾਂ ਤੇ ਬਿਠਾ ਦਿੱਤਾ। ਰਾਜੇ ਦੇ ਸਮੇਤ ਸਾਰਿਆਂ ਨੇ ਭਾਈ ਪੈੜੇ ਜੀ ਦੇ ਚਰਨਾਂ ਦੇ ਉੱਤੇ ਵੰਦਨਾ ਕੀਤੀ, ਨਮਸਕਾਰ ਕੀਤੀ। ਭਾਈ ਪੈੜਾ ਪਛਾਣ ਕਰਦਾ, ਕਹਿੰਦਾ ਨਾ ਭਾਈ ਮੈਨੂੰ ਕਾਹਤੋਂ ਮੱਥਾ ਟੇਕਦੇ ਹੋ? ਕਹਿੰਦੇ ਗੁਰਸਿੱਖਾ ਤੈਨੂੰ ਥੋੜਾ ਟੇਕਦੇ ਆ। ਕਹਿੰਦੇ ਟੇਕਦਾ ਨੇ ਨਹੀਂ, ਅਸੀਂ ਗੁਰੂ ਨਾਨਕ ਸਾਹਿਬ ਨੂੰ ਟੇਕ ਰਹੇ ਹਾਂ, ਗੁਰੂ ਅਰਜਨ ਸਾਹਿਬ ਨੂੰ ਨਮਸਕਾਰ ਕਰ ਰਹੇ। ਤੂੰ ਉਹਨਾਂ ਦੀ ਹਜ਼ੂਰੀ ਚੋਂ ਆਇਆ ਹੈ ਨਾ? ਹਾਂਜੀ। ਉਹਨਾਂ ਦੀ ਸੰਗਤ ਕਰਦਾ? ਕਹਿੰਦੇ ਹਾਂਜੀ ਏਦਾਂ ਹੀ ਕਰਦਾ। ਤੇ ਕਹਿੰਦੇ ਜੇ ਮਹਾਰਾਜ ਦੇ ਕੋਲ ਰਹਿੰਦਾ ਏ ਜੋ ਦੀਸੈ ਗੁਰੂ ਸਿੱਖੜਾ ਤੇ ਸੁਨੇਮ ਨੇਮ ਲਾ ਕੋ ਪਾਏ ਜੀਓ। ਮੈਂ ਇਹ ਭਾਵਨਾ ਦੇ ਨਾਲ ਰਾਜਾ ਕਹਿੰਦਾ ਤੈਨੂੰ ਨਮਸਕਾਰ ਕਰ ਰਿਹਾ, ਸਭ ਨੇ ਮੱਥਾ ਟੇਕਿਆ, ਜਿਵੇਂ ਹੁਕਮਨਾਮਾ ਲੈ ਕੇ ਤੇ ਹੁਕਮਨਾਮੇ ਦੀ ਖੁਸ਼ੀ ਦੇ ਵਿੱਚ ਦੇਸੀ ਘਿਓ ਦੇ ਦੀਵੇ ਵਾਲੇ ਸ਼ਹਿਰ ਦੇ ਵਿੱਚ ਜੈ ਜੈਕਾਰ ਹੋਈ, ਵਾਜੇ ਵੱਜੇ, ਫੁੱਲਾਂ ਦੀ ਵਰਖਾ ਕੀਤੀ ਰਾਜੇ ਨੇ। ਸਾਰੇ ਨਗਰ ਦੇ ਲੋਕਾਂ ਨੇ ਦੀਵੇ ਬਾਲੇ ਵੀ ਮੇਰੇ ਮਾਲਕ ਦਾ ਹੁਕਮ ਆਇਆ ਹੈ। ਹੁਕਮਨਾਮੇ ਦੀ ਕਿੰਨੀ ਕਦਰ, ਕਿੰਨੀ ਮਹਾਨਤਾ! ਸਾਨੂੰ ਤੇ ਹੁਣ ਇਹ ਵੀ ਨਹੀਂ ਪਤਾ ਮੁੱਖ ਬਾਗ ਹੁੰਦਾ ਹੋਵੇ, ਅਸੀਂ ਦੋ ਮਿੰਟ ਬਹਿ ਵੀ ਨਹੀਂ ਸਕਦੇ ਟਿਕ ਕੇ। ਜਦੋਂ ਮੁੱਖ ਬਾਗ ਹੁੰਦਾ ਹੋਵੇ ਨਾ, ਸਵੇਰੇ ਵੀ ਵੇਖੀ ਦਾ ਬਹੁਤ ਸੰਗਤ ਆਉਂਦੀ ਹੈ। ਤੇ ਮਹਾਰਾਜ ਮੁੱਖ ਬਾਗ ਦੇ ਸਮੇਂ ਰੁਕ ਜਾਣਾ ਹੈ, ਇਹ ਕਿਸੇ ਨੂੰ ਵੀ ਪਤਾ ਹੀ ਨਹੀਂ ਹੈ, ਪਤਾ ਨਹੀਂ ਕੀ ਕਾਰਨ ਹੈ। ਬਿਲਕੁਲ ਮਹਾਰਾਜ ਸਾਹਿਬ ਦਾ ਅਦਬ ਭੈ ਕੋਈ ਨਹੀਂ ਹੈ, ਜਿਹਦਾ ਜੀ ਕਰਦਾ ਜਿਹਨੂੰ ਮਰਜ਼ੀ ਮੂੰਹ ਚੁੱਕ ਕੇ ਆਪਾਂ ਏਦਾਂ ਗੁਰੂ ਘਰ ਫਿਰਦੇ ਹਾਂ ਵੀ ਜਿਵੇਂ ਕਿਸੇ ਪਾਰਕ 'ਚ ਆਏ ਹੋਈਏ। ਜਦੋਂ ਵੀ ਕਦੇ ਮੁੱਖ ਬਾਗ ਹੋ ਰਿਹਾ ਹੋਵੇ ਤੇ ਮਹਾਰਾਜ ਸਾਹਿਬ ਜੀ ਦੀ ਬਾਣੀ ਦਾ ਮੁੱਖ ਬਾਗ ਵਿਸ਼ੇਸ਼ ਤੌਰ 'ਤੇ ਸੁਣਨ ਦੇ ਵਾਸਤੇ ਟਿਕ ਜਾਣਾ ਚਾਹੀਦਾ। ਬਾਹਰ ਬਹਿ ਜਾਓ, ਅੰਦਰ ਬਹਿ ਜਾਓ, ਖਲੋ ਜਾਓ, ਕਿਸੇ ਵੀ ਹਾਲਤ 'ਚ ਹੋਵੋ, ਪਰ ਜਿੰਨਾ ਚਿਰ ਫਤਿਹ ਨਾ ਮਿਲਾਈ ਜਾਵੇ ਹੁਕਮਨਾਮੇ ਦੀ, ਉਹਨਾਂ ਚਿਰ ਹਿੱਲ ਜੁੱਲ ਆਵਾਜ਼ ਨਹੀਂ ਕਰਨੀ ਚਾਹੀਦੀ। ਤੁਰਨ ਵਾਲੇ ਵੀ ਤੁਰੇ ਆਉਂਦੇ ਆ, ਖੜਕਾ ਹੁੰਦਾ ਰਹਿੰਦਾ ਹੈ, ਹੁਕਮਨਾਮਾ ਹੁੰਦੇ ਹੀ ਕਹਿੰਦੇ ਜੀ ਅਰਦਾਸ ਕਰ ਦਿਓ, ਉਹ ਵੀ ਵਿਚਾਰੇ ਮਜਬੂਰ ਹੈ, ਉਹ ਵੀ ਕਰੀ ਜਾਂਦੇ ਆ, ਕਿਉਂਕਿ ਨਾ ਕਰਨਗੇ ਤੇ ਝੱਟ ਹੀ ਕਹਿਣਗੇ ਜੀ ਉਹਨੇ ਅਰਦਾਸ ਨਹੀਂ ਕੀਤੀ। ਤੇ ਮਹਾਰਾਜ ਦੇ ਮੁੱਖ ਵਾਕ ਦੇ ਸਮੇਂ ਵੀ ਠਹਿਰਾਓ ਨਹੀਂ ਆਉਂਦਾ ਕਿਸੇ ਨੂੰ। ਮੁੱਖ ਵਾਕ ਦਾ ਸਤਿਕਾਰ ਕਿਵੇਂ ਹੁੰਦਾ ਇਹ ਕੱਲ੍ਹ ਦੀ ਕਥਾ ਜ ਆਪਾਂ ਸਰਵਣ ਕਰਾਂਗੇ। ਮਹਾਰਾਜ ਦੇ ਪਾਵਨ ਇਤਿਹਾਸ ਨੂੰ ਕਹਿੰਦੇ ਆ ਵਿਚਾਰਦੇ ਆ, ਹੋਈਆਂ ਭੁੱਲਾਂ ਗਲਤੀਆਂ ਬਖਸ਼ ਦੇਵੀਆਂ, ਗੁਰੂ ਮਹਾਰਾਜ ਤੇ ਸੰਗਤ ਬਖਸ਼ਿੰਦਾ ਹੈ, ਬਖਸ਼ਣ ਹਾਰ ਹੈ। ਵਾਹਿਗੁਰੂ 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 ਨਾਮ ਜਹਾਜ਼ ਹੈ
सेम दे वाहेगुरु हरि उतारन हार जो सरला कर सेम दे वाहेगुरु हरि उतारन हार वाहेगुरु जी का खालसा वाहेगुरु जी की फतेह सत श्री अकाल वाहे गुरु जी का खालसा वाहे गुरु जी की फतेह।